ਖੜਜਾ ਸਰਪੰਚਾ ਫਾਇਦਾ ਕਿੱਥੇ ਹੋ ਤੇਰੀਓ ਭੈਣ ਨੂੰ ਉਹ ਮੈਂ ਤਾਂ ਦਾਤਰਾ ਤੋੜਨ ਆਇਆ ਸੀ ਛੋਟੀ ਕਿੱਕਰ ਤੋਂ ਉਹ ਮਾਰ ਮਣ ਗੁੰਡਾਸਾ ਅੱਜ ਨਹੀਂ ਸਾਡਾ ਤੈਨੂੰ ਭੱਜਣਾ ਜਿੱਥੇ ਭੱਜਣਾ ਸਿੰਦਰੇ ਸਿੰਦਰੇ ਮੈਂ ਤੈਨੂੰ ਕੁਝ ਕਹੀ ਹੈ ਨਾ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਮੈਨੂੰ ਪਤਾ ਹੀ ਸੀ ਕਿਉਂ ਨਹੀਂ ਗੱਲ ਕਰਨੀ ਤੂੰ ਪਾਗਲ ਹੋ ਗਿਆ ਸਮਝ ਆ ਗਈ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਉਹ ਪਾਗਲ ਮੈਂ ਨਹੀਂ ਮੈਨੂੰ ਪਤਾ ਲੱਭ ਲਿਆ ਹੋਣਾ ਕੋਈ ਹੋਰ ਬਕਵਾਸ ਨਾ ਕਰ ਸਮਝ ਆ ਗਈ ਉਹ ਛੋਟੀ ਕੁੜੀਆਂ ਦੀ ਯਾਦ ਹੀ ਇਹੋ ਜਿਹੀ ਹੁੰਦੀ ਹੈ ਚੁੱਪ ਕਰ ਜਾ ਆਇਆ ਵੱਡਾ ਦੇਵ ਖਰੋੜ ਦੇਖ ਕਿੱਦਾਂ ਡਾਇਲੋਗ ਬੋਲ ਰਿਹਾ ਫਿਲਮਾਂ ਦੇ ਨਾ ਉਹ ਵਾਲੇ ਦਿਨ ਭੁੱਲ ਗਿਆ ਤੂੰ ਜਦੋਂ ਮੈਂ ਤੈਨੂੰ ਰੋਕਿਆ ਸੀ ਉਦੋਂ ਉਹ ਤਾਂ ਭੱਜੀ ਜਾਂਦਾ ਸੀ ਗੱਲ ਵੀ ਨਹੀਂ ਸੀ ਸੁਣਦਾ ਮੇਰੀ ਓਹੋ ਤੂੰ ਸਮਝਦੀ ਨਹੀਂ ਉਹ ਤਾਂ ਮੇਰੇ ਗੋਲੀ ਇੱਥੇ ਸੀ ਆਹੋ ਵੱਜੀ ਤਾਂ ਹੈ ਨਹੀਂ ਤੇਰੇ ਗੋਲੀ ਜੇ ਇੱਥੇ ਸੀ ਤਾਂ ਓਏ ਉਹ ਤਾਂ ਫਿਰ ਮੈਂ ਵੀ ਫਿਲਮਾਂ ਹੀ ਬਣਾਉਣ ਵਾਲਾ ਗੋਲੀਆਂ ਵੱਜਣ ਥੋੜੂ ਦੇਊਗਾ ਚੱਲ ਦੱਸ ਕੰਮ ਕੀ ਆ ਕਿਉਂ ਰੋਕਿਆ ਮੈਨੂੰ ਕੰਮ ਤਾਂ ਮੈਨੂੰ ਦੱਸ ਕਿੱਧਰ ਚੱਲੀ ਆ ਮੈਂ ਜਿੱਥੇ ਮਰਜ਼ੀ ਜਾਵਾਂ ਤੂੰ ਕੀ ਲੈਣਾ ਕਿਉਂ ਮੈਂ ਲੈਣਾ ਕਿਉਂ ਨਹੀਂ ਤੂੰ ਬਕਵਾਸ ਨਾ ਕਰਿਆ ਕਰ ਮੇਰੇ ਨਾਲ ਹਰ ਗੱਲ ਤੇ ਨਾ ਤੂੰ ਮੈਨੂੰ ਇੰਨੇ ਸਵਾਲ ਜਵਾਬ ਕਰਦਾ ਨਹੀਂ ਤਾਂ ਮੇਰੇ ਘਰ ਵਾਲਾ ਨਹੀਂ ਸਵਾਲ ਕਰਦਾ ਉਹ ਫੇਰ ਘਰ ਵਾਲਾ ਕਹਿੰਦਾ ਅੱਜ ਅੱਜ ਫੇਰ ਕਹਿੰਦਾ ਹੋਰ ਕੀ ਬੋਲਣਾ ਮੈਂ ਕੌਣ ਤੂੰ ਸਰਪੰਚ ਆ ਬਸ ਮੇਰੀ ਗੱਲ ਸੁਣ ਲਾ ਹੁਣ ਤੂੰ ਸਰਪੰਚ ਤੇ ਆ ਗਈ ਪਹਿਲਾਂ ਤਾਂ ਮੈਨੂੰ ਘਰ ਵਾਲਾ ਬਣਾਈ ਬੈਠੀ ਸੀ ਫਿਰ ਤੂੰ ਵੀ ਤਾਂ ਪਹਿਲਾਂ ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀਗਾ ਤੇ ਹੁਣ ਜਦੋਂ ਮੈਂ ਤੈਨੂੰ ਰੋਕਦੀ ਆ ਮੇਰੀ ਗੱਲ ਹੀ ਨਹੀਂ ਸੁਣਦਾ ਹੁਣ ਤਾਂ ਤੈਨੂੰ ਆਪਣੀ ਘਰ ਵਾਲੀ ਯਾਦ ਆ ਗਈ ਪੌਦੇ ਵਾਲੀ ਗੱਲ ਤੇ ਗੁੱਸੇ ਆ ਹਾਂ ਬਸ ਕੋਈ ਨਾ ਫਿਰ ਸੌਰੀ ਬੋਲ ਦੇ ਮੈਂ ਕਿ ਸੌਰੀ ਬੋਲਾਂ ਤੂੰ ਸੌਰੀ ਬੋਲ ਓਏ ਮੈਂ ਤੈਨੂੰ ਦੱਸਦਾ ਨਾ ਤੂੰ ਜਾਣਾ ਨਹੀਂ ਜਿੱਥੇ ਵੀ ਜਾ ਰਹੀ ਹੈ ਮੈਂ ਨਾ ਬਾਜ਼ਾਰ ਚੱਲੀ ਔਰ ਤੂੰ ਮੈਨੂੰ ਰੋਕ ਵੀ ਨਹੀਂ ਸਕਦਾ ਮੇਰੀ ਗੱਲ ਸੁਣ ਲਾ ਤੂੰ ਜਾਣਾ ਨਹੀਂ ਮੈਂ ਤੈਨੂੰ ਕਹਿਤਾ ਮੇਰੀ ਬਾਹ ਛੱਡ ਮੈਂ ਬਾਜ਼ਾਰ ਜਾ ਰਹੀ ਹਾਂ ਗੱਲ ਸੁਣ ਲਾ ਮੇਰੀ ਜੇ ਕਿਹਾ ਹੋਰ ਦੱਸ ਗਿਆ ਗੋਲੀ ਮਾਰ ਦੂੰ ਗੋਲੀ ਚੁੱਪ ਕਰ ਜਾ ਦੇਵ ਖਰੋੜ ਬਣਦਾ ਫਿਰਦਾ ਸਾਬ ਲਾ ਲਈ ਨਿਗਾ ਤੇਰੇ ਤੇ ਹੈ ਮੇਰੀ ਮੇਰੇ ਕੋਲ ਤਾਂ ਇਹ ਜਿਹਾ ਨਾ ਸੂਟ ਹੈ ਨਾ ਇਹ ਮੇਰਾ ਸ਼ੋਲ ਹੈ ਮੈਂ ਤਾਂ ਨਾਲ ਉਰੇ ਹੈ ਹੀ ਨਹੀਂ ਸੀ ਮੰਮੀ ਹੋਰਾਂ ਨੂੰ ਦਿਖਾਉਂ ਮਾਂ ਹਾਂ ਤਾਂ ਤੁਸੀਂ ਮੇਰਾ ਯਕੀਨ ਨਹੀਂ ਮੰਨਦੇ ਦੇਖ ਬਾਪੂ ਆ ਤਾਂ ਮੇਰਾ ਸ਼ੋਲ ਹੈ ਨਹੀਂਗਾ ਮੈਂ ਤਾਂ 2 ਦਿਨ ਹੋ ਗਏ ਮੈਂ ਉਰੇ ਹੈ ਹੀ ਨਹੀਂ ਸੀਗੀ ਮੇਰੇ ਕਮਰੇ 'ਚੋਂ ਸ਼ੋਲ ਲੱਭੇ ਦੱਸੋ ਕਿਹਦਾ ਫਿਰ ਕਿਹਦਾ ਸ਼ੋਲ ਹੈ ਮੈਨੂੰ ਨਾ ਤੁਸੀਂ ਕਦੇ ਇਹ ਸ਼ਾਲ ਦਿੱਤਾ ਨਾ ਮੇਰੇ ਕੋਲ ਇਹ ਜਿਹਾ ਹੈਗਾ ਤੇ ਮੈਨੂੰ ਤਾਂ ਪਤਾ ਨਹੀਂ ਕੁੜੀਏ ਤੇਰੀ ਮਾਂ ਦਿੰਦੀ ਰੇ ਇਹਨੂੰ ਪਤਾ ਹੈ ਇਹਨੂੰ ਕਹਿੰਦਾ ਤਾਂ ਹੀ ਤਾਂ ਦੇਖ ਕਿਹਦਾ ਨਾ ਮੈਂ ਤਾਂ ਦਿੱਤਾ ਨਹੀਂ ਇਹਨੂੰ ਸ਼ਾਲ ਇਹ ਫਿਰ ਸ਼ਾਲ ਕਿਹਦਾ ਆ ਗਿਆ ਭਾਈ ਮੈਨੂੰ ਕੀ ਪਤਾ ਪਾਪੇ ਕਿਹਦਾ ਸ਼ਾਲ ਇਹ ਐਵੇਂ ਤੁਸੀਂ ਤਾਂ ਮੈਨੂੰ ਕਹਿਣ ਲੱਗ ਜਾਂਦੇ ਹੋ ਹਰ ਇੱਕ ਗੱਲ ਮਾਂ ਮੇਰੀ ਗੱਲ ਸੁਣ ਲੈ ਤੂੰ ਦਿਖਾ ਵੀਰਾ ਮੈਨੂੰ ਤਾਂ ਕੱਪੜਾ ਵੀਰਾ ਦਿਵਾਖਾਂ ਦਾ ਪਤਾ ਨਹੀਂ ਦਾ ਕਿਹੋ ਜਿਹਾ ਬਾਪੂ ਮੈਨੂੰ ਪਤਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਨਾ ਇਹ ਮੇਰਾ ਸ਼ਾਲ ਨਹੀਂ ਹੈਗਾ ਮੈਂ ਤੈਨੂੰ ਇਹੀ ਗੱਲ ਸਮਝਾ ਰਹੀ ਆ ਕਿ ਤੁਸੀਂ ਮੇਰੀ ਗੱਲ ਨਹੀਂ ਮੰਨ ਰਹੇ ਇੱਕ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹੋ ਗਏ ਵੀ ਹਾਂ ਪੈਸੇ ਮੈਂ ਦੇ ਦੂੰਗਾ ਤੁਹਾਨੂੰ ਕੀ ਲੋੜ ਪਈ ਸੀਗੀ ਨਾਲੇ ਕਰਤੂਤਾ ਕਰਨ ਨੂੰ ਹਟਦਾ ਨਹੀਂ ਮੈਂ ਤਾਂ ਆਪੇ ਨੂੰ ਆਖਿਆ ਸੀਗਾ ਵੀ ਤੂੰ ਕਾਹਨੂੰ ਪੈਸੇ ਦਿੰਦਾਗਾ ਆਪੇ ਭਰੂਗਾ ਦੇਖ ਜਿਹੜੀ ਪੈਸੇ ਵਾਲੀ ਗੱਲ ਆਪਣੀ ਨਿਬੜ ਗਈ ਕੁੜੀ ਤਾਂ ਦੇਣੀ ਸੀ ਆਪਣਾ ਇੱਜ਼ਤ ਦਾ ਸਵਾਲ ਸੀ ਜਿਹੜਾ ਆਹ ਸੌਲ ਹੈ
ਜਿਹੜੀ ਚੁੰਨੀ ਹੈ ਕੀ ਹੈ ਮੈਨੂੰ ਤਾਂ ਪਤਾ ਤੈਂ ਤਾਂ ਦਵਾਈ ਕਿਤੋਂ ਜੀ ਨਾ ਮੈਂ ਤਾਂ ਦਵਾਈ ਜੀ ਦੇਖ ਲੈ ਕਿਤੇ ਤੁਸੀਂ ਬੁੜੀਆਂ ਮਗਰੋਂ ਮੁੱਕਰ ਜਾਣੀ ਹੋ ਨਹੀਂ ਨਹੀਂ ਮੈਂ ਤਾਂ ਕੋਈ ਦਿੱਤਾ ਨਹੀਂ ਮੇਰੀ ਗੱਲ ਸੁਣੋ ਔਰ ਤਾਂ ਮੈਂ ਹੈ ਹੀ ਨਹੀਂ ਸੀਗੀ ਨਾ ਇਹ ਸ਼ਾਲ ਮੇਰਾ ਹੈਗਾ ਨਾ ਮੈਨੂੰ ਮੰਮੀ ਨੇ ਦਿੱਤਾ ਹੁਣ ਮੈਨੂੰ ਆਪਦੇ ਕੱਪੜੇ ਦੀ ਪਛਾਣ ਨਹੀਂ ਹੋਊਗੀ ਉਹਨੂੰ ਆ ਜਾਣ ਦੇ ਅੱਜ ਮੈਂ ਪੁੱਛ ਲਿਆ ਆਉਂਦੇ ਆਏ ਨਾ ਕਰਦਾ ਗੱਲ ਕੀ ਕਹਿੰਦੇ ਆ ਆਈ ਕ ਸਮਾਨ ਪਿਆ ਰਹਿੰਦਾ ਇੱਥੇ ਸੋਹਣਿਆ ਸੋਹਣਿਆ ਆਏ ਹਾਏ ਲਿਆਓ ਭਾਈ ਚਾਹ ਪਾਣੀ ਚਾਹ ਪੀ ਲਈ ਸੀ ਪਾਪਾ ਓਏ ਉਹ ਲਿਆ ਦੇ ਚਾਹ ਹੁਣ ਕੀ ਚਾਹੀਦਾ ਤੁਹਾਨੂੰ ਚਾਹ ਲਿਆ ਕੁੱਟ ਅੱਛਾ ਤੇ ਮੇਰੇ ਜਾਣ ਬਾਅਦ ਕੌਣ ਆਇਆ ਸੀ ਘਰੇ ਓਏ ਇੱਥੇ ਕਿਹਨੇ ਆਉਣਾ ਸੀ ਯਾਰ ਹੈ ਤੇ ਕੋਈ ਗੱਲਾਂ ਤੇ ਫਿਰ ਆ ਕਿਹਦਾ ਇਹ ਮਲਮਲ ਦਾ ਉਹ ਤਾਂ ਮੈਨੂੰ ਵੀ ਪਤਾ ਮਲਮਲ ਦਾ ਕਿ ਪਸ਼ਮੀਨੇ ਦਾ ਮੈਂ ਇਹ ਪੁੱਛ ਰਹੀ ਹਾਂ ਕਿੱਥੋਂ ਆਇਆ ਉਹ ਮੈਨੂੰ ਕੀ ਪਤਾ ਹੁਣ ਤੂੰ ਲੈਣੀ ਹੋਏਗੀ ਮੈਂ ਦੱਸ ਕਿੱਥੋਂ ਲਿਆ ਮੈਂ ਤਾਂ ਕਦੇ ਲਾਲ ਰੰਗ ਦਾ ਸੂਟ ਹੀ ਨਹੀਂ ਪਾਇਆ ਝੂਠਿਆ ਫਿਰ ਇਹ ਮੈਨੂੰ ਇਹ ਨਹੀਂ ਪਤਾ ਵੀ ਕਿੱਥੋਂ ਆਇਆ ਇਹ ਕਮਰੇ 'ਚ ਕੋਈ ਵੜਿਆ ਨਹੀਂ ਹੈ ਤੇ ਸ਼ੋਰ ਮੇਰੇ ਕਮਰੇ 'ਚ ਕਿੱਥੋਂ ਆਇਆ ਉਹ ਮੈਨੂੰ ਕੀ ਪਤਾ ਹੁਣ ਕਿੱਥੋਂ ਆਇਆ ਤੇਰੇ ਤੂੰ ਰਹਿਣ ਦੇ ਕਰ ਤੂੰ ਚਲਾਕੀਆਂ ਬਹੁਤ ਕਰਦਾ ਤੂੰ ਰਹਿਣ ਦੇ ਕਰ ਤੂੰ ਸਿੱਧਾ ਹੋ ਕੇ ਦੱਸ ਦਿਆ ਕਿਸ ਦਾ ਇਦੋਂ ਪਹਿਲਾਂ ਮੈਂ ਡੈਡੀ ਹੋਰਾਂ ਨਾਲ ਵਗ ਜਾ ਫਿਰ ਉਹਦੀਆਂ ਕੋਈ ਗੱਲਾਂ ਨਹੀਂ ਉਹ ਯਾਰ ਲੈ ਜਾ ਉਹੀ ਜਾਣਾ ਦਾ ਵਗ ਜਾ ਹੁਣ ਮੈਨੂੰ ਕੀ ਪਤਾ ਕੀ ਦਾ ਹੈ ਸ਼ਾਲ ਮੈਂ ਲਵਾਂਗੀ ਨਾ ਛੜੇ ਨੂੰ ਤਾਂ ਕੀ ਹੋਇਆ ਸੋਹਣਾ ਪਰ ਹੈ ਕੀ ਦਾ ਹੈ ਵਧੀਆ ਹੈ ਨਾ ਪੂਰਾ ਘੈਂਟ ਤੂੰ ਕਿਉਂ ਚਲਿੱਤਰ ਕਰਦਾ ਤੂੰ ਸਿੱਧਾ ਹੋ ਕੇ ਦੱਸ ਦੇ ਇਹ ਕੀ ਦਾ ਲੈ ਆ ਦੇਖ ਲੋ ਪਾਪਾ ਉਹ ਆ ਵੀ ਹੁਣ ਕੋਈ ਗੱਲ ਹੁੰਦੀ ਆ ਮਾੜੀ ਮਾੜੀ ਗੱਲ ਕਹਿੰਦੇ ਲੈ ਆ ਸੌਲ ਕਿੱਥੋਂ ਆਇਆ ਹੁਣ ਮੈਨੂੰ ਕੀ ਪਤਾ ਕਿੱਥੋਂ ਆਇਆ ਫਿਰ ਆਇਆ ਕਿੱਥੋਂ ਆ ਇਹ ਉਹ ਭਾਈ ਖੰਭ ਖੰਭ ਲੱਗੇ ਹੋਣਗੇ ਤੇ ਆ ਗਿਆ ਹੁਣ ਆ ਗਿਆ ਫਿਰ ਇਹ ਓਏ ਫਿਰ ਹੁਣ ਇਹਦੇ ਚ ਕੀ ਗੱਲ ਕੀ ਹੋ ਗਈ ਜੇਕਰ ਆ ਗਿਆ ਹੁੰਦੀ ਆ ਕੱਪੜੇ ਤੇ ਕੁਝ ਕਰ ਗਿਆ ਕੋਈ ਫੇਰ ਮੇਰੇ ਨੇ ਜਮੀ ਘਰ ਜਾੜ ਤੋਂ ਇਸ ਬੰਦੇ ਨੇ ਜਮੀ ਘਰ ਜਾੜ ਤਾਂ ਜਮੀ ਜਾੜ ਦੇ ਸਾਰਾ ਦਿਨ ਇਹ ਕੰਮ ਕਰਦਾ ਰਹਿੰਦਾ ਕੀ ਕਰ ਗਿਆ ਸੀ ਹੁਣ ਤੇਰਾ ਉਹ ਫਿਰ ਲਹਾਏ ਓਏ ਹੁਣ ਤੁਸੀਂ ਇਹਦੇ ਚ ਵੀ ਮੈਨੂੰ ਗਲਤ ਬਣਾਉਣੇ ਹੋ ਜੇ ਮਾਰ ਗਿਆ ਨਾ ਕੁੱਟਣ ਤੇਰੀ ਬੰਬ ਕੱਢ ਦੂੰ ਓ ਪਾਪਾ ਹੀ ਮੈਂ ਉਡੀ ਇੱਜ਼ਤ ਕਰ ਜਾ ਸ਼ਿੰਦਰ ਆਈ ਹੋ ਪੱਕਾ ਸ਼ਿੰਦਰ ਆਈ ਹੋਊਗੀ ਓ ਸ਼ਰਮ ਕਰ ਲਾ ਸ਼ਰਮ ਕਰ ਲਾ ਇਹਨਾਂ ਨੂੰ ਕਿਹੜਾ ਪਤਾ ਨਹੀਂ ਤੇਰੀ ਕਰਤੂਤ ਦਾ ਸਾਰੀਆਂ ਕਰਤੂਤਾਂ ਪੱਕੀਆਂ ਨੇ ਹੁਣ ਨਾ ਸਾਡੀ ਬਿਲਾਦੀ ਤੁਸੀਂ ਓਹੋ ਯਾਰ ਬੜਾ ਯਾਰ ਬਹੁਤ ਵਾਰੀ ਸਮਝਾ ਲਿਆ ਤੈਨੂੰ ਤੂੰ ਨਹੀਂ ਸਮਝਦਾ ਓ ਤੁਸੀਂ ਤਾਂ ਮੜੀ ਮੜੀ ਗੱਲ ਪਿੱਛੇ ਲੈ ਕੇ ਬਹਿ ਗਏ ਯਾਰ ਪਿਆਦੀ ਜਾ ਆ ਵੀ ਕੋਈ ਗੱਲ ਹੁੰਦੀ ਆ ਦੇਖ ਲੈ ਮਾਂ ਓਏ ਆ ਜਾ ਇੱਧਰ ਆ ਜਾ ਹੁਣ ਕੀ ਕਰਦੀ ਆ ਤੂੰ ਕੀ ਆ ਹਾਂ ਦੱਸ ਕੀ ਆ ਓਏ ਹੁਣ ਮਾੜੀ ਮਾੜੀ ਗੱਲ ਵੀ ਉਹਨਾਂ ਤੇ ਕਿ ਲਿਆਉਂਦੀ ਹੁੰਦੀ ਆ ਕਿ ਮੈਂ ਹੋਰਾਂ ਦੇ ਮਾਪਿਆਂ ਨੂੰ ਦੱਸ ਕਿਹਨੂੰ ਦੱਸਾਂ ਓ ਮੇਰੀ ਗੱਲ ਸੁਣ ਕੀ ਸੌਲ ਦਾ ਹੀ ਰੌਲਾ ਨਾ ਹਾਂ ਉਹ ਵਿਕੀ ਦਾ ਹੈ ਹਾਂ ਤੈਨੂੰ ਪਤਾ ਕੀ ਦਾ ਨਾ ਫਿਰ ਤੂੰ ਕਿਉਂ ਬੋਲੀ ਇਹਨੇ ਕੋਈ ਨਾ ਤੈਨੂੰ ਤਾਂ ਪਤਾ ਨਾ ਹਾਏ ਓਏ ਮੈਨੂੰ ਨਹੀਂ ਪਤਾ ਸੱਚੀ ਨਹੀਂ ਪਤਾ ਕੋਈ ਨਾ ਪਤਾ ਕਰ ਲੈ ਜੇ ਹੋਇਆ ਕਿਸੇ ਦਾ ਫਿਰ ਇਹ ਦੁਆ ਤੂੰ ਕੁਛ ਮਰਜ਼ੀ ਕਰ ਲਈ ਪਹਿਲੇ ਕਾ ਤੂੰ ਬੋਲੀ ਇਹਨੀ ਠੀਕ ਆ ਹਾਂ ਚਾਹ ਪਿਆ ਦੇ ਹੁਣ ਘੁੱਟ ਕਿਉਂ ਓ ਲੈ ਚਾਹ ਪੀਣੀ ਆ ਮੈਂ ਬਾਹਰੋਂ ਆਇਆ ਥੱਕਿਆ ਕਿਆ ਬਣਾਉਣੀ ਆ ਚਾਹ ਸੱਚ ਮੇਰੀ ਗੱਲ ਸੁਣੋ ਹਾਂ ਉਹ ਫਲੱਸ਼ ਨੂੰ ਗੇਟ ਲਵਾਓ ਪਤਾ ਕਿੰਨਾ ਔਕਾ ਅੱਜ ਸਵੇਰੇ ਡੈਡੀ ਗਏ ਹੋਏ ਸੀ ਮੈਂ ਜਾ ਕੇ ਬਾਹਰ ਲੱਗੇ ਗੇਟ ਖੋਲ ਤੋਂ ਭੱਜ ਕੇ ਖੜੇ ਹੋਏ ਲੈ ਉਹ ਪਾਪੇ ਤੋਂ ਬਾਹਰ ਨਹੀਂ ਜਾਇਆ ਗਿਆ ਖੇਤਾਂ ਖੁੱਤਿਆਂ 'ਚ ਕਿਉਂ ਆਏ ਹੋਏ ਨੇ ਕਿਉਂ ਬਾਹਰ ਜਾਣੇ ਹੈ ਉਹ ਕੋਈ ਨਾ ਚੱਲ ਲਵਾ ਦਿੰਨੇ ਆ ਫਿਰ ਕਿੱਡੀ ਗੱਲ ਹੈ ਹੋਰ ਦੱਸ ਤੇਰੀ ਜਾਨ ਨੂੰ ਲੱਡੂਆਂ ਦਾ ਤੋੜਾ ਨਾਲੇ ਮੇਰੀ ਗੱਲ ਸੁਣ ਇੱਕ ਅੱਧੀ ਰੋਟੀ ਵੀ ਬਣਾ ਦੀ ਚੰਗਾ ਮੈਂ ਜਾਣਾਗਾ ਕਿੱਥੇ ਜਾਣਾ ਓਏ ਤੈਨੂੰ ਇੱਕੋ ਹੀ ਦਾ ਕੰਮ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਤਾਂ ਹੀ ਸਿਆਪੇ ਨਹੀਂ ਲੋਟਾਂ ਦੇ ਸਾਰੀ ਦਿਹਾੜੀ ਕਦੇ ਮਾਂ ਬਾਪ ਆਏ ਨੇ ਉਹਨਾਂ ਨਾਲ ਬਹਿ ਕੇ ਗੱਲਾਂ ਕਰ ਲਿਆ ਕਰ ਓਏ ਐਵੇਂ ਥੋੜੂ ਕਿਹਾ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂ ਖਾਂਦੇ ਨਹੀਂ ਫਿਰ ਮੈਨੂੰ ਤਾਂ ਕਦੇ 1 ਰੁਪਿਆ ਨਹੀਂ ਖਵਾਇਆ ਤੂੰ ਓਏ ਕੋਈ ਗੱਲ ਨਹੀਂ ਆ ਜਿਹੜਾ ਘਰ ਤੇ ਲੱਗ ਰਿਹਾ ਨਾ ਤੇਰੇ ਹੀ ਹੈ ਮੇਰਾ ਨਹੀਂ।
ਜੀ ਮੈਂ ਰੋਟੀ ਬਣਦਾ। ਉਹ ਬਸ ਰੋਟੀ ਨੂੰ ਕੀ ਆ, ਆ 2 ਘੰਟੇ ਤਾਂ ਮੈਂ ਆ ਜਾਊਂਗਾ। ਤੂੰ ਐਂ ਕਰੀ ਰੋਟੀ ਬਣਾ ਕੇ ਤਿਆਰ ਕਰਕੇ ਰੱਖੀ, ਮੈਂ ਹੁਣ ਆ ਗਿਆ ਬਸ। ਇੱਕ ਮਿੰਟ ਗੱਲ ਸੁਣਿਓ। ਹਾਂ ਹਾਂ। ਵੈਸੇ ਮੈਨੂੰ ਇਹ ਤਾਂ ਦੱਸ ਦਿਓ ਤੁਸੀਂ ਜਾਣੇ ਕਿੱਥੇ ਹੋ। ਉਹ ਹੈ ਕਮਲੀ, ਤੈਨੂੰ ਪਤਾ ਹੀ ਨਹੀਂ ਉਹ ਸਰਕਾਰੀ ਨੌਕਰੀ ਮਿਲ ਗਈ। ਇਹੋ ਜਿਹੀ ਕਿਹੜੀ ਸਰਕਾਰੀ ਨੌਕਰੀ ਮਿਲ ਗਈ? ਉਹ ਨਰੇਗਾ ਕੰਪਨੀ 'ਚ। ਦੁਰ ਫਿੱਟ ਮੂੰਹ, ਮੈਂ ਤਾਂ ਆਖਿਆ ਕਿਤੇ ਸੱਚੀ ਸਰਕਾਰੀ ਜੌਬ 'ਤੇ ਲੱਗ ਗਏ। ਓਏ ਆਪਣੀ ਤਾਂ ਇਹੀ ਸਰਕਾਰੀ ਨੌਕਰੀ ਆ, ਵਿਆਹ ਵਾਂਗੂ ਕੰਮ ਚੱਲਦਾ ਉੱਥੇ, ਜਿਵੇਂ ਜਾਂਦੇ ਆ ਉਵੇਂ ਆ ਜਾਂਦੇ ਆ। ਚੱਲ ਠੀਕ ਆ, ਤੂੰ ਰੋਟੀ ਬਣਾ ਕੇ ਰੱਖੀ। ਠੀਕ ਹੈ, ਚੰਗਾ ਚੱਲ ਜਾਓ। ਲੈ ਮੈਨੂੰ ਤਾਂ ਐਵੇਂ ਸੀਗਾ ਵੀ ਕਿਤੇ ਸੱਚੀ ਸਰਕਾਰੀ ਨੌਕਰੀ ਮਿਲ ਗਈ, ਮੈਨੂੰ ਕੀ ਪਤਾ ਸੀਗਾ ਵੀ ਇਹ ਨਰੇਗਾ ਦੇ ਕੰਮ 'ਤੇ ਲੱਗੇ ਨੇਗੇ। ਲੈ ਮੈਂ ਤਾਂ ਕੰਮ ਕਰਾਂ। ਸਰਪੰਚ ਨੀ ਜਾਂਦਾ ਸਰਪੰਚ ਜੀ, ਗੱਲ ਸੁਣੇ ਇੱਕ ਮਿੰਟ। ਮਗਰੋਂ ਕੋਲ ਮੰਨ ਗਏ ਜਦੋਂ ਕਦੋਂ। ਸਤਿ ਸ੍ਰੀ ਅਕਾਲ ਸਰਪੰਚ। ਅੱਛਾ ਅੱਛਾ, ਹਾਂਜੀ ਹਾਂਜੀ, ਆਜੋ ਆਜੋ ਆਜੋ। ਮੈਨੂੰ ਕਿਤੇ ਕਿਸੇ ਨੇ ਹੋਰ ਮਾਰਤਾ। ਹਾਂਜੀ ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਸਰਪੰਚ ਜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। ਗੱਲਾਂ ਤੁਸੀਂ ਦੋ ਕਰੋ। ਸਰਪੰਚ ਜੀ ਮੈਂ ਨਾ ਵੋਟ ਕਾਰਡ ਬਣਵਾਉਣਾ ਸੀਗਾ। ਅੱਛਾ, ਮੈਂ ਕਿਹਾ ਕਿਤੇ ਕੋਈ ਗੱਲ ਹੋਰ ਕਰਨੀ। ਅੱਛਾ ਹਾਂ, ਵੋਟ ਕਾਰਡ ਬਣਾ ਦਾਂਗੇ ਜੀ ਆਪਾਂ। ਹਾਂਜੀ, ਇੱਕ ਉਹ ਆਧਾਰ ਕਾਰਡ 'ਤੇ ਨਾਮ ਜਿਹਾ ਗਲਤ ਸੀਗਾ, ਉਹ ਸਹੀ ਕਰਵਾਉਣਾ ਸੀ। ਫਿਰ ਕਿੱਡੀ ਗੱਲ ਹੈ ਜੀ, ਆਪਾਂ ਇਸੇ ਕੰਮਾਂ ਵਾਸਤੇ ਹੈ, ਕਰਾ ਦਾਂਗੇ। ਨਾਲੇ ਵੋਟ ਤਾਂ ਜ਼ਰੂਰੀ ਹੈ ਹੁਣ, ਨਾਲੇ ਵੋਟ ਵੀ ਤੁਸੀਂ ਮੈਨੂੰ ਪਾਉਣੀ ਹੈ। ਹਾਂਜੀ ਹਾਂਜੀ, ਵੋਟ ਤਾਂ ਤੁਹਾਨੂੰ ਹੀ ਪਾਵਾਂਗੇ ਸੀ। ਲੈ ਸਾਨੂੰ ਪਾਉਣੀ ਹੈ, ਹੁਣ ਤੁਹਾਡਾ ਕੰਮ ਨਹੀਂ ਕੀਤਾ ਨਾ, ਹੁਣ ਸੁਧਰਿਆ ਕਿ ਨਾ? ਬਸ ਸੁਧਰਿਆ ਵਾਂਗ ਹੀ ਹੈ ਜੀ। ਜੇ ਨਾ ਸੁਧਰਿਆ ਤਾਂ ਮੈਨੂੰ ਦੱਸ ਦੀ, ਕਰ ਦਾਂਗੇ ਆਪਾਂ। ਕੋਈ ਗੱਲ ਨਹੀਂ, ਮੈਂ ਦੱਸ ਦੂੰਗੀ ਜੀ। ਬੋਰ ਤਾਂ ਆਪਾਂ ਬਣਵਾ ਦਿੰਦੇ, ਪਰ ਜਾਣਾ ਪਊਗਾ ਜੀ ਤੁਹਾਨੂੰ ਨਾਲ, ਕਿਉਂਕਿ ਅੰਗੂਠਾ ਜਿਹਾ ਲੱਗਦਾ ਨਾ। ਨਾ ਕੋਈ ਗੱਲ ਨਹੀਂ, ਚੱਲ ਪਊਂਗੀ। ਚੱਲ ਪਊਂਗੇ? ਹਾਂਜੀ ਹਾਂਜੀ। ਚੱਲ ਫਿਰ ਆਪਾਂ ਚੱਲ ਪੜਦੇ ਹਾਂ ਅੱਜ ਹੀ। ਚਲੋ ਫਿਰ ਚੱਲ ਪਾਂਗੇ। ਹਾਂ, ਆਪਾਂ ਆਮਣ ਬੁੱਕ ਡਿਪੂ ਵਾਲਿਆਂ ਦਾ। ਠੀਕ ਹੈ ਜੀ, ਠੀਕ ਹੈ। ਤਿੰਨ ਕੋਣੀਆਂ ਤੋਂ। ਹਾਂਜੀ, ਉੱਥੋਂ ਕਰਾ ਲਿਆਉਣੇ ਸੈੱਟ। ਠੀਕ ਹੈ ਠੀਕ ਹੈ, ਕਰਾ ਲਿਆਉਣੇ। ਉਹ ਤਾਂ ਇਹਦਾ 2 ਮਿੰਟਾਂ ਦਾ ਕੰਮ ਆ, ਉਹ ਤਾਂ ਪਾਸਪੋਰਟ ਕੁਛ ਮਰਜ਼ੀ ਆਨਲਾਈਨ ਜਿਹੜਾ ਮਰਜ਼ੀ ਕੰਮ ਕਰਾ ਲਓ, ਘੱਟ ਰੇਟ 'ਤੇ ਕਰਨਗੇ ਨਾਲੇ। ਥੋੜ੍ਹਾ ਤਾਂ ਮੈਂ ਫ੍ਰੀ 'ਚ ਹੀ ਕਰਾ ਦੂੰਗਾ। ਨਹੀਂ ਕੋਈ ਗੱਲ ਨਹੀਂ ਜੀ, ਐਂ ਤਾਂ ਅਸੀਂ ਪੈਸੇ ਵੀ ਦੇ ਦਾਂਗੇ। ਨਾ ਕੋਈ ਗੱਲ ਹੈ, ਮੈਂ ਸਰਪੰਚ ਕਹਿੰਦੇ ਵਾਸਤੇ ਫ੍ਰੀ 'ਚ ਕਰਾਂਗੇ ਆਪਾਂ। ਕੋਈ ਗੱਲ, ਤੁਸੀਂ ਮੇਰੀ ਗੱਲ ਸੁਣੋ, ਮੈਂ ਗੱਡੀ ਲੈ ਕੇ ਆਇਆ, ਤੁਸੀਂ ਹੋ ਜਾਓ ਮਾੜਾ ਮੋਟਾ ਤਿਆਰ ਜਿਹਾ। ਠੀਕ ਹੈ ਜੀ? ਨਾ ਠੀਕ ਹੈ ਜੀ, ਆ ਗਿਆ ਜੀ ਮੈਂ। ਚੱਲ ਇਹਦਾ ਕੰਮ ਤਾਂ ਕਰੀਏ, ਨਾਲੇ ਇੱਕ ਵੋਟ ਜੋੜੀਏ, ਨਾਲੇ ਇੱਕ ਸਪੋਰਟ ਜੋੜੀਏ। ਆਜੋ ਆਜੋ ਭਾਈ, ਆਜੋ। ਆ ਗਏ ਸਰਪੰਚ ਜੀ ਤੁਸੀਂ? ਆਜੋ ਆਜੋ ਇੱਧਰ ਹੀ ਬਾਜੀ, ਮੂਹਰੇ ਮਗਰ ਮਗਰ ਕਾਹਨੂੰ ਬੰਨੇ ਹੋਈ? ਨਹੀਂ ਇੱਧਰ ਹੀ ਠੀਕ ਹੈ, ਪਿੱਛੇ ਇੱਧਰ ਕਈ ਵਾਰੀ ਚੁੰਨੀ ਚੁੰਨੀ ਫਸ ਜਾਂਦੀ ਹੈ। ਇੱਧਰ ਆਜੋ, ਮੂਹਰੇ ਬਾਜੋ। ਚਲੋ ਠੀਕ ਹੈ, ਬਾਜੋ ਬਾਜੋ। ਚੱਲੀਏ ਜੀ? ਹਾਂਜੀ ਚੱਲੋ। ਗਾਣੇ ਲਾ ਦੇ ਜੀ। ਗਾਣੇ ਕਿ ਬਸ ਰਹਿਣ ਦੇ ਜੀ, ਗਾਣੇ ਨੂੰ ਕੀ ਆ। ਨਾ ਲਾ ਦਿੰਦੇ, ਆਪਣੇ ਕੋਲ ਡਿੱਕ ਲੱਗਿਆ ਹੋਇਆ। ਚੱਲ ਲਾ ਲਓ ਜੀ ਫਿਰ। ਲਾ ਦਿੰਦੇ। ਆ ਗਿਆ ਅਮਨ ਬੁੱਕ ਡਿਪੂ। ਆ ਗਏ ਜੀ ਆਪਾਂ? ਹਾਂ, ਇਹ ਸਾਰਾ ਕੰਮ ਕਰ ਦਿੰਦੇ ਆ, ਤੇਰਾ ਮੈਂ ਹੁਣ ਕਰਵਾ ਦਿੰਦਾ 2 ਮਿੰਟਾਂ 'ਚ। ਠੀਕ ਹੈ ਠੀਕ ਹੈ। ਹਾਂ ਅਮਨ ਬੁੱਕ ਡਿਪੂ। ਚੱਲ ਆ ਗਿਆ, ਲੈ ਉੱਤਰ ਜੀ। ਹਾਂ ਸਰਪੰਚੀ ਆ ਗਈ, ਤੈਨੂੰ ਪਤਾ ਵੋਟ ਆਪਾਂ ਨੂੰ ਪਊਗੀ।
ਇੱਕ ਤਾਂ ਉਹ ਬਣਾਉਣੀ ਆ ਤੇ ਇੱਕ ਨਾ ਆਧਾਰ ਕਾਰਡ ਤੇ ਨਾ ਗਲਤ ਹੈ, ਬਹੁਤ ਤੋਂ ਠੀਕ ਕਰਾ ਇਹਨਾਂ ਨੇ ਹੋਇਆ ਨਹੀਂ। ਲਿਆ ਦਿਖਾਓ ਜੀ ਕੀ ਕਹਿੰਦੇ ਹੁਣ ਕਰਦੇ ਨੇ, ਕੱਢੀ ਗੱਲ ਹੈ ਕੀ ਕਰਾਉਣਾ ਜੀ ਇਹਦਾ? ਇੱਕ ਵੋਟਰ ਕਾਰਡ ਬਣਾ ਦਿਓ, ਇੱਕ ਨਾਮ ਚੇਂਜ ਕਰ ਦਿਓ। ਹੋਰ ਜੀ ਸਰਪੰਚ ਸਾਹਿਬ ਹੋਰ ਹੁਕਮ ਕਰੋ। ਹੋਰ ਤਾਂ ਬਸ ਆਹੀ ਹੁਕਮ ਆ। ਚਾਹ ਪੀਓਗੇ? ਨਾ ਚਾਹ ਬਸ, ਥੈਂਕ ਯੂ। ਜੇ ਕੋਈ ਪਾਸਪੋਰਟ ਦਾ ਵੀ ਹੋਊਗਾ ਸ਼ੁਰੂ ਕਰ ਲਿਆ ਆਪਾਂ ਨੇ। ਅੱਛਾ ਅੱਛਾ। ਜੇ ਕਿਸੇ ਦਾ ਕੋਈ ਕਰੈਕਸ਼ਨ ਹੋਵੇ, ਕੋਈ ਗਲਤੀ ਹੋਵੇ, ਕਿਸੇ ਦਾ ਗੁੰਮਿਆ ਹੋਵੇ, ਠੀਕ ਹੈ, ਜਾਂ ਕਿਸੇ ਦਾ ਪਾੜ ਗਿਆ ਕਰ ਗਿਆ, ਠੀਕ ਹੈ, ਜਾਂ ਕਿਸੇ ਨੇ ਕੋਈ ਚੇਂਜ ਕਰਾਉਣੀ ਹੈ, ਸਾਰਾ ਆਪਾਂ ਕਰ ਦਿੰਦੇ ਹਾਂ। ਜੇ ਬਾਹਰ ਜਾਣ ਵਾਸਤੇ ਪਾਸਪੋਰਟ ਬਣਾਉਣਾ ਹੋਵੇ? ਬਣਾ ਦਿੰਦੇ ਹਾਂ ਜੀ। ਫੇ ਮੇਰਾ ਬਣਾਈ ਦੇਗਾ? ਜ਼ਰੂਰ ਜੀ। ਮੈਂ ਲਾਉਣਾ ਹੈ ਇੰਗਲੈਂਡ ਦਾ ਟੂਰ। ਨਾ ਨਾ ਕੋਈ ਗੱਲ ਨਹੀਂ ਜੀ, ਹੋਰ ਉੱਥੇ ਕਰਾਂਗੇ ਜਾ ਕੇ ਸਰਪੰਚ ਜੀ। ਨਾ ਨਾ ਕੋਈ ਗੱਲ ਨਹੀਂ ਜੀ, ਹੋਰ ਹੁਕਮ। ਮੈਂ ਹੁਣ ਆਹ ਕੰਮ ਕਰ ਗਿਆ। ਇਹ ਤੁਹਾਡਾ ਕਰ ਦੇਣਾ ਸਰਪੰਚ, ਬੈਠੋ ਸਰਪੰਚ ਸਾਹਿਬ। ਬੈਜੋ ਇੱਥੇ। ਹਾਂ ਬੈਜੋ। ਚਾਹ ਪੀਓ? ਨਹੀਂ ਨਹੀਂ। ਚਾਹ ਪੀਓਗੇ ਜੀ ਸਰਪੰਚ ਸਾਹਿਬ? ਨਾ ਨਾ ਜੀ ਬਸ, ਧੰਨਵਾਦ। ਤੁਸੀਂ ਜੀ? ਨਹੀਂ ਨਹੀਂ ਜੀ, ਥੈਂਕ ਯੂ। ਸਰਪੰਚ ਸਾਹਿਬ ਆ ਹੋ ਗਿਆ ਜੀ, ਆ ਲਓ ਇਹਦੀ ਰਸੀਦ ਜੀ। ਅੱਛਾ ਹੋ ਗਿਆ ਜੀ? ਹਾਂਜੀ ਠੀਕ ਹੈ ਜੀ। ਤੇ ਤੁਹਾਡਾ ਵੋਟ ਕਾਰਡ ਵੀ ਅਪਲਾਈ ਹੋ ਗਿਆ, ਤੁਹਾਡਾ ਪੈਨ ਕਾਰਡ ਦਾ ਵੀ ਕੰਮ ਹੋ ਗਿਆ, ਤੇ ਤੁਹਾਡਾ ਕੀ ਕਹਿੰਦੇ ਆਧਾਰ ਕਾਰਡ ਦਾ ਵੀ ਕਰਤਾ? ਠੀਕ ਹੈ। ਇਹ ਜਿਹੜੀ ਰਸੀਦ ਹੈ ਜਿੱਥੋਂ ਮਰਜ਼ੀ ਕਢਾ ਸਕਦੇ ਹੋ, 10 ਕੁ ਦਿਨਾਂ ਤੱਕ ਮੇਰੇ ਤੋਂ ਚੈੱਕ ਕਰਾ ਲਿਓ। ਠੀਕ ਹੈ ਦੱਸੂਗਾ ਜੀ। ਬਾਕੀ ਜੀ ਕੀ ਕਹਿੰਦੇ ਆਪਣਾ ਕਾਰਡ ਹੈ ਜੀ, ਕੀ ਕਹਿੰਦੇ ਆ, ਅਮਨ ਬੁੱਕ ਡਿਪੂ ਦਾ? ਠੀਕ ਹੈ ਜੀ। ਜੇ ਕਿਸੇ ਨੂੰ ਕੋਈ ਵੀ ਕੰਮ ਹੋਵੇ, ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਵੋਟ ਕਾਰਡ, ਜਦੋਂ ਮਰਜ਼ੀ ਕਰਾ ਲਿਆ ਕਰੋ। ਮੈਂ ਕੋਈ ਗੱਲ ਹੀ ਨਹੀਂ ਜੀ, ਮੈਂ ਤਾਂ ਉੱਥੋਂ ਭੱਜਦੇ ਨਹੀਂ। ਹੋਰ ਜੀ, ਆਲੋ ਆ ਤਾਂ ਕੰਮ ਹੋ ਗਿਆ ਇੱਕੋ। ਸਰਪੰਚ ਸਾਹਿਬ ਸ਼ਿੰਦਰ ਠੀਕ ਆ ਹੁਣ? ਦਰਸ਼ਨ ਵੱਡੇ, ਕੋਈ ਗੱਲ ਨੀ, ਧੰਨਵਾਦ। ਬਈ ਇੱਥੇ ਰੋਕ ਦੇ ਬਸ, ਠੀਕ ਆ, ਤੂੰ ਦੱਸ। ਹੋਰ ਦੱਸ ਕਿਵੇਂ ਨੀ ਬੜੇ ਪਰਸ ਪਾਏ ਨੇ, ਮਾੜਾ ਜਿਹਾ ਹੋਰ ਸੋਟਾ ਲੈ ਆਉਂਦੀ। ਫੈਸ਼ਨ ਇਹ, ਤੈਨੂੰ ਕੀ ਪਤਾ, ਕਦੇ ਪਾਇਆ ਵੀ ਹੈ ਤੂੰ? ਟੌਕਸ ਜੇ ਕਰਾ ਲਏ ਹੈ ਨੀ, ਕਿੰਨੇ ਸੋਹਣੇ ਨੇ ਇਹ, ਮੈਂ ਦੇਖੇ ਨੇ ਕਿਤੇ ਪਏ, ਇਹ ਕਦੋਂ ਕਰਾ ਲਏ ਤੈਂ? ਤੂੰ ਤਾਂ ਨਾ ਪਿੰਡ 'ਚ ਸਾਰੇ ਘਰਾਂ ਦੀਆਂ ਚੀਜ਼ਾਂ ਜਾਣਦੀ ਆਂ, ਸਮਝ ਆ ਗਈ ਕਿਹਦੇ ਘਰ ਕੀ ਚੀਜ਼ ਪਈ ਆ? ਨੀ ਮੇਰੀ ਗੱਲ ਸੁਣ ਲੈ, ਮੈਂ ਤਾਂ ਤੈਨੂੰ ਤਾਂ ਕਹੀ ਆ, ਇਹ ਨਾ ਕਿਹੜੇ ਸੁਨਿਆਰੇ ਦੇ ਪਏ ਦੇਖੇ ਪੜਗੇ। ਨੀ ਇਹ ਮੇਰਾ ਘਰ ਵਾਲਾ ਲੈ ਕੇ ਆਏ, ਤੈਨੂੰ ਪਤਾ ਨੀ ਵੀ ਹੁਣ ਉਹਨੇ ਸੀਜ਼ਨ ਲਾਇਆ ਸੀ? ਪਤੀ ਆ ਮੈਨੂੰ, ਮੈਂ ਸਭ ਜਾਣਦੀ ਆ, ਘਰ ਵਾਲਾ ਲੈ ਕੇ ਆਇਆ ਹੋਊਗਾ। ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ, ਉਹਨੇ ਬਣਵਾ ਕੇ ਦਿੱਤੇ ਨੇ। ਨੀ ਮੈਂ ਜਾਣਦੀ ਆ ਤੈਨੂੰ, ਕੌਣ ਤੈਨੂੰ ਵੱਧ ਪਿਆਰ ਕਰਦਾ, ਬਾਹਰਲਾ ਵੱਧ ਕਰਦਾ ਕਿ ਘਰ ਵਾਲਾ ਵੱਧ ਪਿਆਰ ਕਰਦਾ? ਨਾਲੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਨੀ, ਬਾਜ਼ਾਰ ਜਾ ਆਈ ਹੈ ਫਿਰ ਕੱਲ ਗਈ। ਤੇ ਹੋਰ ਸਾਰੀ ਬਰਾਤ ਲੈ ਕੇ ਜਾਣੀ ਸੀ? ਬਰਾਤ ਨੀ, ਫਿਰ ਰੂਮ ਕਿਹੜਾ ਲੰਬਰ ਲੈਤਾ ਸੀਗਾ ਰੂਮ? ਨੀ ਮੇਰੀ ਗੱਲ ਸੁਣ ਲੈ, ਬਾਲੀ ਬਕਵਾਸ ਨਾ ਕਰ, ਗੱਲ ਕਰਦੀ ਕਰਦੀ ਤੂੰ ਅੱਗੇ ਹੀ ਵਧੀ ਜਾਨੀ ਆ। ਹੋਰ ਜੇ ਮੈਂ ਕੁਝ ਕਹਿੰਦੀ ਨੀ? ਬਾਜ਼ਾਰ ਗਈ ਸੀ ਰੂਮ ਦਾ ਲੰਬਰ ਹੀ ਪੁੱਛਿਆ, ਹੋਰ ਨਹੀਂ। ਉੱਥੇ ਬਾਜ਼ਾਰ ਚ ਰੂਮ ਦਾ ਕੀ ਕੰਮ ਆ, ਬਕਵਾਸ ਕਰੀ ਜਾਨੀ ਆ। ਤੂੰ ਪੁੱਛ ਲੈ, ਨਾਲੇ ਮੈਂ ਤੈਨੂੰ ਐ ਕਹਿੰਦੀ ਨੀ, ਕਹਿੰਦੇ ਕੈਮਰੇ ਕੂਮਰੇ ਵਾਲੇ ਹੁੰਦੇ ਨੇ ਰੂਮਾਂ ਚ, ਹੈ ਮੈਂ ਤਾਂ ਤੈਨੂੰ ਤਾਂ ਕਹਿੰਦੀ ਕਿ ਤਾਂ ਚੱਗੀ ਸਰਪੰਚ ਨਾ ਫੇਰ ਲੋ ਆ ਜਾ, ਮੈਂ ਤਾਂ ਤੈਨੂੰ ਤਾਂ ਕਹੀ ਆ, ਨਾਲੇ ਮੈਂ ਤੈਨੂੰ ਐ ਕਹਿੰਦੀ ਸੀ। ਤੂੰ ਤਾਂ ਨਾ ਮੇਰੀ ਜੜਾਂ 'ਚ ਬੈਠੀ ਹੋਈ ਆ, ਕਸਮ ਨਾਲ ਤੂੰ ਮੈਨੂੰ ਘਰ ਤੋਂ ਬਾਹਰ ਕਿਤੇ ਆਣ ਜਾਣ ਤੱਕ ਨਹੀਂ ਦਿੰਦੀ, ਉਦੋਂ ਹੀ ਬਕਵਾਸ ਕਰਨ ਲੱਗ ਜਾਨੀ ਆ। ਬਾ ਤੁਸੀਂ ਕਰੋ ਜੜਾਂ 'ਚ, ਅਸੀਂ ਬੈਠੀਆਂ ਹਾਂ। ਹਾਂ ਨਾ ਅਸੀਂ ਦੱਸ ਇਹੋ ਜਿਹਾ ਕੀ ਕੰਮ ਕਰਤਾ? ਨਹੀਂ ਬਾਈ ਜਾਨੀ ਨੇ ਚਲੀ, ਮੇਰਾ ਹੋਰ ਨਾ ਬਲੱਡ ਪ੍ਰੈਸ਼ਰ ਵਧਾ ਦੀ। ਤੈਨੂੰ ਮੈਂ ਕਿਹਾ ਸੀ ਵੀ ਤੂੰ ਮੇਰੇ ਨਾਲ ਤੁਰ, ਮੇਰੇ ਨਾਲ ਗੱਲਾਂ ਕਰ। ਮੈਂ ਤਾਂ ਸਬਜ਼ੀ ਲੈਂਦੀ ਸੀ, ਫਿਰ ਜਾ ਕੇ ਸਬਜ਼ੀ ਲੈ ਲੈ ਲੂੰਗੀ। ਹਾਂ ਲੈ ਲੂੰਗੀ ਸਬਜ਼ੀ, ਘਰੇ ਆ ਗਏ ਕੰਮੀਆਂ। ਹਾਂ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ। ਹਾਂ ਦੱਸ। ਨਾਲੇ ਨਾ ਜਦੋਂ ਵੀ ਮੈਂ ਇੱਧਰ ਆਉਣੀ ਜਾਨੀ ਆ, ਬਾਲੀ ਬਕਵਾਸ ਨਾ ਕਰਿਆ ਕਰ, ਜਿੱਦੇ ਮੈਂ ਤੈਨੂੰ ਸਿੱਟ ਲਿਆ ਨਾ ਫਿਰ ਦੇਖੀ ਤੂੰ। ਬਾਈ ਜਾਨ ਨੇ ਚਲੀ, ਤੂੰ ਕੌਣ ਹੁੰਦੀ ਆ ਮੈਨੂੰ ਸਿੱਟਣ ਵਾਲੀ? ਜਿੱਦੇ ਤੇਰੇ ਘਰ ਵਾਲੇ ਨੇ ਤੈਨੂੰ ਸਿੱਟ ਲੈਣਾ, ਸੁਭਾਅ ਦੀ ਆਜੂਗਾ, ਨਾਲੇ ਲੋੜ ਨਹੀਂ ਹੈਗੀ ਮੇਰੇ ਨਾਲ ਕੋਈ ਗੱਲਬਾਤ ਕਰਨ ਦੀ।
ਤੈਨੂੰ ਵੀ ਲੋੜ ਨੀ, ਬਕਵਾਸ ਹੀ ਕਰਦੀ ਰਹੇਗੀ। ਅੱਜ ਤਾਂ ਸੁਨਹਿਰੀ ਪਜਾਮੀ ਪਾਈ ਫਿਰਦੇ ਆ, ਕਦੇ ਲੀਲੀਆਂ ਬਿੰਦੀਆਂ ਲਾ ਲੂ, ਕਦੇ ਪਜਾਮੀਆਂ ਪਾ ਲੂ, ਕਦੇ ਸੋਹਣੇ ਸੋਹਣੇ ਸੂਟ ਪਾ ਲੂ, ਇਹਦੀ ਤਾਂ ਸਾਲ ਮੈਂ ਚੁਕਾਉਣੀ ਆ। ਨਹੀਂ ਮੇਰੇ ਵੀ ਜਣ ਗੋਲਾ ਜਿਹਾ ਬਣ ਗਿਆ, ਮੈਂ ਤਾਂ ਸਰਪੰਚਨੀ ਕੋਲ ਜਾ ਕੇ ਆਵਾਂ, ਮੈਂ ਤਾਂ ਜਾ ਕੇ ਆਉਂਦੀ ਹਾਂ। ਟਾਊਕਸ ਜੇ ਦੇ ਅੱਖੇ ਦੇ ਅੱਖੇ ਦੀ ਇਹਦੇ ਕੰਨਾਂ 'ਚੋਂ ਨਾਂ ਲਿਖਾਏ ਨਾ, ਮੇਰਾ ਨਾਂ ਵੀ ਬਦਲਾ ਹੀ ਨਾ ਦਿਓ। ਚੱਲ ਮੈਂ ਤਾਂ ਜਾਂ, ਅਸੀਂ ਚੱਲਦੇ ਹਾਂ। ਇਹ ਕੰਮ ਕਰਕੇ ਪਹਿਲਾਂ ਜਿਹੜੀ ਜ਼ਿੰਮੇਵਾਰੀ ਸੀ ਸਮਝੀ ਆਪਾਂ ਨੇ ਕਰਨੇ, ਪੈਸੇ ਦੀ ਟੱਕੇ ਦੀ ਉਹਦੀ ਮੁਕਾ ਕੇ ਮੇਰੀ ਗੱਲ ਸੁਣ ਬਾਪੇ, ਛੇਤੀ ਹੱਲ ਕਰਕੇ ਛੇਤੀ ਆ ਜੀ। ਮੈਨੂੰ ਫਿਕਰ ਬਹੁਤ ਜ਼ਿਆਦੇ। ਕੋਈ ਨਾ ਪੁੱਤ, ਆਵਾਂਗੇ ਪਹਿਲਾਂ ਅਸੀਂ ਉਹਦਾ ਹੱਲ ਕਰ ਲਈਏ, ਠੀਕ ਹੈ? ਨਾਲੇ ਮੇਰੀ ਮਾਂ ਗੱਲ ਸੁਣ, ਕਿਤੇ ਵੱਧ ਨਾ ਪੈਸੇ ਦੇ, ਤੂੰ ਗੌਰ ਰੱਖੀ ਮਾੜੀ ਜੀ। ਚੱਲ ਕੋਈ ਨਾ ਪੁੱਤ, ਇੱਕ ਅੱਧੇ ਦਿਨ 'ਚ ਆਵਾਂਗੇ। ਨਾਲੇ ਉਹ ਕਰੀ ਚੌਲ ਦਾ ਪਤਾ ਕੀ ਦਾ ਕਰਦੀ ਆ, ਉਹ ਵੀ ਮੈਂ ਪਤਾ। ਕੋਈ ਨਾ ਅਸੀਂ ਆਵਾਂਗੇ ਮੁੜ ਕੇ ਪੁੱਤ ਹੁਣ। ਚੰਗਾ ਮਾਂ, ਲੈ ਵਧੀਆ ਜੀ ਲੱਗਿਆ ਹੋਇਆ ਸੀ ਮੰਮੀ ਹੋਰਾਂ ਨਾਲ, ਇਹ ਵੀ ਬਾਗੇ, ਉਹ ਤਾਂ ਘਰੇ ਨਹੀਂ ਖੜਦਾ ਹੈਗਾ। ਸ੍ਰੀ ਅਕਾਲ ਜੀ। ਸ੍ਰੀ ਅਕਾਲ ਸਿਰਾ, ਕਿਵੇਂ ਤਿਆਰੀਆਂ ਬੈਰੀਆਂ ਖਿੱਚੀਆਂ ਜੀ ਬਜ਼ੁਰਗ? ਅਸੀਂ ਜਾਂਦੇ ਤੇ ਪਿੰਡ ਨੂੰ। ਅੱਛਾ, ਬੋਲੋ ਤੇ ਫਿਰ ਤੁਸੀਂ ਤਾਂ ਚੱਲੇ, ਮੇਰਾ ਹੱਲ ਤਾਂ ਕਰਾ ਜਾਂਦੇ ਮਹਾਰਾਜ। ਹੱਲ ਜ਼ਬਾਨ ਕਰੀ ਹੈ, ਹੱਲ ਤੇਰਾ ਪੂਰਾ ਕਰਕੇ ਜਾਊਂਗਾ, ਬਸ ਮੈਂ ਗਿਆ ਤੇ ਆਇਆ, ਉੱਥੋਂ ਹੀ ਕਰਕੇ ਲਓ ਸਾਰਾ ਕੁਝ ਇਕੱਠਾ। ਕਦੋਂ ਆਉਂਗੇ ਹੁਣ? ਮੈਂ ਪਰਸੋਂ ਨੂੰ ਆ ਜਾਊਂ। ਪਰਸੋਂ ਨੂੰ? ਪੱਕਾ ਪੱਕਾ ਪ੍ਰਧਾਨ ਜੀ, ਦੇਖੋ ਮੇਰੇ ਜੂਤ ਪਈ ਜਾਂਦੇ ਆ ਘਰੇ। ਜ਼ਬਾਨ ਕਰੀ ਹੈ, ਜ਼ਬਾਨਾਂ ਦੇ ਸੌਦੇ ਹੁੰਦੇ। ਹਾਂ, ਮੈਂ ਵਾਅਦਾ ਕਰੀ ਬੈਠਾ ਦੇਣ ਲੈਣ ਆਇਆ ਸਰ, ਵੀ ਪ੍ਰਵਾਹ ਨਾ ਮੰਨ, ਸਾਰਾ ਕੁਝ ਕਰਕੇ ਕਲੀਅਰ ਫਿਰ ਮੁੜਾਂਗੇ। ਕਿਤੇ ਆਇਆ ਨਾ ਹੋਵੇ ਮਿੱਠੀ ਗੋਲੀ ਦੇ ਜਾਓ। ਨਹੀਂ ਨਹੀਂ ਨਹੀਂ, ਇੰਨਾ ਕੁ ਤਾਂ ਹੋ ਸਕਦਾ, ਥੋੜੇ ਘੜੇ ਜੇ ਘੱਟ ਦੇ ਤੁਸੀਂ। ਅੱਛਾ ਜੀ, ਕਈ ਵਾਰੀ ਮੈਥੋਂ ਨਾ ਹਿੰਮਤ ਹੋਈ, ਥੋੜੇ ਘਣੇ ਦੋ ਚਾਰ ਦਿਨ ਭੇਜ, ਕੋਈ ਥੋੜੇ ਘਣੇ ਦਾ ਤਾਂ ਹੱਲ ਹੋ ਜਾਓ। ਮੈਂ ਜਮੀ ਪੱਟਿਆ ਪਿਆ। ਨਹੀਂ ਨਹੀਂ, ਮੈਂ ਬੇਸ਼ਣ ਤੇ ਪੱਟਿਆ ਵਾਲੀ ਗੱਲ ਨਹੀਂ ਤੇਰੇ ਨਾਲ, ਜਿਹੜੀ ਗੱਲ ਮੈਨੂੰ ਤਾਂ ਇਹਨੇ ਨਾ ਧਰਮ ਨਾਲ ਨਾ ਜਮੀ ਮਾਰਤਾ ਬੰਦੇ ਨੇ। ਇਹ ਤਾਂ ਫਿਰ ਜਿਹਾ ਹੈਗਾ ਹੈਗਾ। ਹਾਂ, ਫਿਰ ਸਾਨੂੰ ਤਾਂ ਹੁਣ ਰੱਖਣਾ ਪਊ ਕੁਛ। ਚਲੋ, ਇੰਨੀ ਪ੍ਰਧਾਨ ਜੀ ਧੰਨਵਾਦ ਹੈ ਤੁਹਾਡਾ, ਮਿਹਰਬਾਨੀ ਜੀ। ਮੈਨੂੰ ਤਾਂ ਲੱਗਦਾ ਇਹ ਵੀ ਲੱਕੜ ਦਾ ਮੁੰਡਾ ਦੇ ਗਏ ਮੈਂਬਰਾਂ ਤੈਨੂੰ ਖੜਾਈ ਚੱਲ। ਮੈਨੂੰ ਲੱਗਦਾ ਨਹੀਂ ਕੁਝ ਹੱਲ ਹੋਊਗਾ ਭਰਾਵਾ। ਨੀ ਕਿਵੇਂ ਸਰਪੰਚਣੀਆਂ, ਕੀ ਦੁੱਧ ਧੱਕਾ ਕਰਕੇ ਪੀ ਜਾਂਦੀਆਂ ਨੀ? ਹੋਰ ਚੱਲ ਵਧੀਆ, ਮੱਝ ਮੁੱਝ ਲਿਆ ਕੇ ਬੰਨ ਲਈ ਕਿ ਕਿਵੇਂ? ਨਾਸਤਾ ਹੁਣ 3 ਕਿਲੋ ਲੈਣ ਲੱਗ ਗਏ, ਦੋਨੇ ਟਾਈਮ ਲੈਂਦੇ ਨਾ 6 ਕਿਲੋ ਹੋ ਜਾਂਦਾ। ਚੱਲ ਵਧੀਆ, ਫਿਰ ਵੀ ਤਾਂ ਵਧੀਆ, ਹੋਰ ਸਿਹਤ ਹੋ ਰਹੀ ਹੈ। ਮੈਂ ਤਾਂ ਤੈਨੂੰ ਐਂ ਗੱਲ ਕਰਦੀ ਸੀ, ਮੈਂ ਜਾਣਾ ਪੜ ਕੇ ਵਿਆਹ ਬਾਗ ਜਾ ਫਿਰ ਚਬੂਲੀਆਂ ਜਿਹੜੇ ਹੁਣ ਕਰਾਏ ਨੇ, ਦੇ ਦੇ ਕੋਈ ਨਾ ਫਿਰ ਮੈਨੂੰ। ਲੈ ਜੀ ਕੋਈ ਨਾ, ਮੇਰੀ ਗੱਲ ਸੁਣ ਲੈ, ਗੌਰ ਰੱਖੀ ਕਿਤੇ ਡੇਗ ਡੂਮੇ ਆਵੇ। ਮੈਂ ਕਿ ਜਵਾਖੜੀਆਂ ਵੀ ਕੁਰਕਰੇ ਲੈਣ ਗਈ ਉੱਥੇ, ਡੇਗ ਗੱਡਾਂ ਕੜੀਆਂ ਕਰਦੀ ਆ। ਨਹੀਂ ਕਹਿੰਦੀ ਐ ਨਹੀਂ, ਹਾਂ ਅਸੀਂ ਕਾਹਨੂੰ ਟੌਕਸ ਦੇਖੇ ਨੇ, ਗੱਡਾਂ ਦੇਖ ਲਿਆ ਕਰਦੀ ਕੁੜੇ। ਨਹੀਂ ਮੇਰੀ ਗੱਲ ਤਾਂ ਸੁਣ ਲੈ ਮਾਂ, ਮੈਂ ਕਹਿਣੀ ਕੋਈ ਨਹੀਂ ਪਤਾ ਕਦੋਂ ਕੰਨ ਪੱਟ ਕੇ ਲੈ। ਨਾ ਨਾ, ਮੈਨੂੰ ਨਾ ਕੋਈ ਲੈ ਜੇ, ਆ ਕੋਈ ਕੰਨ ਪੱਟ ਕੇ ਲੈ ਜੇ। ਹਾਂ ਉਹੀ ਕੜੀਆਂ ਕਰਦੀ ਚੱਲ ਲਿਆਉਣੀਆਂ, ਤੂੰ ਐਂ ਕਿਉਂ ਭੜਕਦੀਆਂ? ਚੰਗਾ ਲਿਆ ਕੇ ਦੇ ਇੱਕ ਮਿੰਟ। ਤੂੰ ਸਮਝਦੀ ਆ ਸਿੰਦਰੇ, ਵੀ ਇਹਨੂੰ ਕੁਛ ਪਤਾ ਨੀ ਹੈਗਾ। ਪਤਾ ਤਾਂ ਮੈਨੂੰ ਹੈਗਾ, ਦਿੱਤੇ ਤੇ ਜੱਗੀ ਸਰਪੰਚਨੀ ਨੇ, ਇਹਨਾਂ ਦੇ ਹੁਣ ਬਰੋਲਾ ਉੱਠ ਖੜੂਗਾ, ਤੂੰ ਦੇਖੀ ਤਾਂ ਜਾਈ। ਠੀਕ ਹੈ,
ਹੀ ਤਾਂ ਪਈ ਸੀ। ਨੀ ਲੈ ਆਈ ਡਕ ਡਕ ਡੂੰਘੇ ਡੇ ਗਿਆ ਹੀ। ਨੀ ਖੜ ਜਾ ਇੱਕ ਮਿੰਟ। ਨੀ ਆ ਜਾ ਪੜ ਗਏ, ਮੈਂ ਤਿਆਰੀ ਵੀ ਕਰਨੀ ਆ, ਪ੍ਰੈਸ ਕਰਨੇ ਆ ਕੱਪੜੇ। ਖੜ ਜਾ ਇੱਥੇ ਪਏ ਸੀ ਟਾਕਸ ਤਾਂ ਮੇਰੇ, ਕਿੱਧਰ ਗਏ? ਨੀ ਹਾਂ ਉਹ ਟੋਪਸ ਨਹੀਂ ਲੱਗ ਰਹੇ ਮੇਰੇ ਨਾਲ, ਪੇਟੀ ਖਲਾ ਮੇਰੇ ਨਾਲ, ਪੇਟੀ ਚ ਨਾ ਪਏ ਹੋਣ। ਤੂੰ ਹੀ ਜਵਾਬ ਦੇ ਦੇ ਨਾ ਕਿ ਪਿਆਟੀਆਂ ਖੁਰ। ਨੀ ਐਂ ਕਹਿੰਦੀਆਂ ਹੁੰਦੀਆਂ ਨੇ ਜਦੋਂ ਦੇਣਾ ਨਾ ਹੋਵੇ ਨਾ ਕਿਸੇ ਚੀਜ਼ ਕੋਈ। ਨੀ ਮੈਨੂੰ ਲੱਭ ਨਹੀਂ ਰਹੇ ਹੈਗੇ, ਮੈਂ ਮਾਰੀ ਜਿੱਤ ਰਹੇ ਸੀ ਕਿਤੇ ਸਰਪੰਚ ਨੇ ਪੇਟੀ ਚ ਨਾ ਧਰਤੇ ਹੁਣ ਸਾਹਮਣੇ, ਹੁਣ ਤਾਂ ਕਹਿਣੀ ਮੈਂ। ਸਰਪੰਚ ਨੇ ਤਾਂ ਹੋਰ ਹੀ ਪੇਟੀਆਂ ਚ ਧਰਤੇ ਫਿਰ। ਉਹ ਹਜੇ ਮੈਂ ਸਿੰਦਰ ਦੇ ਇੱਕੋ ਦੇ ਕਰਾਏ ਨੇ, ਸਿੰਦਰ ਨੇ ਹੀ ਪਾ ਰੱਖੇ ਨੇ ਸੱਚ, ਮੈਂ ਹੁਣੇ ਦੇਖੇ ਸੀ। ਮੈਂ ਕਿਹਾ ਸਿੰਦਰ ਤੋਂ ਤਾਂ ਕੀ ਮੰਗਾ ਮੱਖਾ, ਮੈਂ ਚੱਲ ਕੋਈ ਮਾਰੀ ਜਾਨੀ ਆ ਨਹੀਂ ਤੂੰ। ਮੈਂ ਤੇਰਾ ਸਰਦੀ ਸੌਂ ਪੜ ਗਏ ਹੱਥ ਕਰਕੇ ਸਿਰ ਸੌਂ ਖਾ, ਮੈਂ ਤੇਰਾ ਸਰਦੀ ਸੌਂ ਲੱਗੇ। ਉਹ ਤਾਂ ਸਿੰਦਰ ਪਾਈ ਫਿਰਦੇ ਆ, ਨਹੀਂ ਪਤਾ ਇੱਕੋ ਜੇ ਕਰਾ ਲੈ ਭੈਣੇ, ਪਤਾ ਨਹੀਂ ਦੋਨਾਂ ਨੂੰ ਇੱਕੋ ਜੇ ਕਰਾ ਕੇ ਦਿੱਤੇ ਨੇ। ਚਬੂਲ ਲੰਘਾਲੇ ਆ ਉਹੀ ਆ ਜਿਹੜੇ ਉਹਦੇ ਦਿਖਾਏ ਨੇ ਸਰਪੰਚ, ਉਹਦੇ ਪਾਏ ਦੇਖੇ ਨੇ। ਮੈਂ ਤਾਂ ਸਰਪੰਚ ਨਹੀਂ ਆ ਸਿੰਦਰ ਦੇ, ਬਾਕੀ ਤੇਰੀ ਮਰਜ਼ੀ ਆ ਭੈਣੇ, ਪਰਖ ਕਰ ਲਈ ਆਪਦੇ। ਹੋਰ ਮੈਂ ਕੀ ਕਰਨ ਚ, ਮੈਂ ਤਾਂ ਵਿਆਹ ਵਾਸਤੇ ਮੰਗ ਰਹੀ ਹਾਂ, ਮੈਂ ਤਾਂ ਫੜਾ ਦੇਣੇ ਸੀਗੇ ਦੋ ਦਿਨਾਂ ਨੂੰ ਆ ਕੇ। ਤੂੰ ਸੱਚੀ ਪਾਏ ਦੇਖੀ? ਮੈਂ ਤਾਂ ਦੇਖਾਂ ਨਾ, ਤੂੰ ਤਾਂ ਮੇਰੇ ਗਲ ਪਾਈ ਜਾਂਦੀ ਹੁੰਦੀ ਆ, ਜਾ ਕੇ ਦੇਖ ਲਈ ਪੜ ਗਏ। ਮੈਂ ਤਾਂ ਤੈਨੂੰ ਉਹੀ ਕਹਿੰਦੀ ਹਾਂ, ਸੂਟ ਸੱਲਾ ਜਾਂਦਾ ਜੀ 250 ਨਾਲ, ਕੀ ਗੱਲਬਾਤ ਆ, ਕੁਛ ਨਹੀਂ ਹੁੰਦਾ ਵਗ ਜਾਂਦਾ। ਕੀ ਪਤਾ ਨਹੀਂ ਹੋਣੀਆਂ ਜੇ ਟੋਕਸ ਉਹਦੇ ਨਾ ਹੋਏ ਤੇਰੇ ਹੋਏ, ਹੈਂ ਹੁਣ ਤਾਂ ਫਿਰ ਘਰੋਂ ਸਿਆਉਣਾ ਜਾਣ ਲੱਗ ਗਿਆ, ਹੁਣ ਤਾਂ ਜਮੇ ਘਰੋਂ ਬੱਚ, ਰਜਿਸਟਰੀ ਵੀ ਉਹਦੇ ਨਾਲ ਜਾਊ ਘਰ ਦੀ। ਅਪਸ਼ਿੰਦਰ ਕੋਲ ਚੱਲ ਕੇ ਮੈਨੂੰ ਕੀ ਲੋੜ ਆ, ਲੈ ਤੂੰ ਵਗ ਜਾ ਆਪਦਾ, ਮੈਂ ਤਾਂ ਜਾਣੀ ਆ। ਹਾਂ ਬਸ ਆਹੀ ਕਸਰ ਰਹਿੰਦੀ ਤੀ, ਹੁਣ ਤੂੰ ਆ ਅੱਜ ਘਰੇ, ਤੂੰ ਨਹੀਂ ਬਚਦਾ। ਸਰਪੰਚਾ, ਓ ਸਰਪੰਚਾ ਬਾਹਰ ਨਿਕਲ। ਕੀ ਗੱਲ ਉਹ ਕਰੇ ਨਹੀਂ ਆਗਾ, ਫੇਰ ਸੈਨ ਕਰਾ ਜੀ। ਉਹ ਸੈਨਾ ਸੁਨਾ ਤੇ ਧਾਰ ਨਹੀਂ ਮਾਰਦਾ ਮੈਂ, ਮੈਨੂੰ ਸਰਪੰਚ ਦੱਸ ਕਿੱਥੇ ਆ। ਬੇ ਹੈ ਨਹੀਂ ਕਰੇ, ਤੈਨੂੰ ਕਹਿ ਤਾਂ ਦਿੱਤਾ ਵੀ ਫੇਰ ਆ ਜੀ। ਫੇਰ ਫੂਰ ਕੋਈ ਨਹੀਂ, ਮੈਨੂੰ ਸਰਪੰਚ ਦੱਸ ਕਿੱਥੇ ਆ, ਮੈਂ ਗੱਲ ਕਰਨੀ ਉਹਦੇ ਨਾਲ। ਵੀ ਇੱਥੇ ਨਿਕਲਿਆ ਹੋਊ ਕਿਸੇ ਕੰਮ ਗਿਆ ਹੋਊਗਾ, ਤੂੰ ਮੈਨੂੰ ਕੰਮ ਦੱਸ ਦੇ ਫਿਰ ਮੈਂ ਉਹਨੂੰ ਦੱਸ ਦੂੰਗੀ ਆਪੀ। ਉਹ ਕੰਮ ਕੁੰਮ ਕੋਈ ਨਹੀਂ ਗਿਆ, ਮੇਰੀ ਜਨਾਨੀ ਨੂੰ ਲੈ ਕੇ ਗਿਆ ਹੋਇਆ ਉਹ। ਤੇ ਫਿਰ ਨਾਲੇ ਕਹੀਏ ਨਾ ਘਰੇ ਬੋਲ ਮਾਰੀਏ ਨਾ, ਉਹਨੂੰ ਵੀ ਸਰਪੰਚ ਸਰਪੰਚ ਆ। ਮੈਨੂੰ ਕੀ ਪਤਾ, ਮੈਂ ਕਿਹਾ ਕਿਤੇ ਆ ਗਿਆ ਹੋਣਾ। ਕਿੱਥੇ ਗਿਆ ਤੇਰੀ ਜਨਾਨੀ ਨੂੰ ਲੈ ਕੇ ਆ, ਦੱਸ ਮੈਨੂੰ। ਲੈ ਮੈਨੂੰ ਕੀ ਪਤਾ ਇਹਨਾਂ ਗੱਲਾਂ ਦਾ, ਮੈਨੂੰ ਤਾਂ ਪਿੰਡ ਵਾਲੇ ਦੱਸਦੇ ਸੀ। ਕੀ ਕਹਿੰਦੇ ਸੀ? ਕਹਿੰਦੇ ਤੇਰੀ ਜਨਾਨੀ ਨੂੰ ਚੜਾਈ ਫਿਰਦਾ। ਮੈਨੂੰ ਬਸ ਇੱਕ ਵਾਰੀ ਮਿਲ ਜੇ ਉਹ, ਨਾਲੇ ਮੇਰੀ ਗੱਲ ਸੁਣ। ਹੁਣ ਨਾ ਤੂੰ ਇੱਕ ਫੋਟੋ ਕਢਾ ਲਾ ਉਹਦੀ ਸੋਹਣੀ ਜੀ ਵੱਡੀ ਸਾਰੀ। ਕਿਉਂ? ਤੇ ਇੱਕ ਲੈ ਲਈ ਹਾਰ। ਬੇ ਓਏ, ਹਾਰਾਂ ਦੇ ਤਾਂ ਸਿਆਪੇ ਨੇ, ਜੇ ਨਾ ਹੁੰਦਾ ਜੇ ਕੌਣ ਪੁੱਛਤਾਉਂਦੀ ਮੈਂ। ਉਹ ਹਾਰ ਨਹੀਂ ਕਹਿੰਦਾ, ਉਹਦੀ ਫੋਟੋ ਤੇ ਚੜਾਉਣਾਗਾ। ਮੈਨੂੰ ਜਿੱਥੇ ਮਿਲ ਗਿਆ ਨਾ, ਮੈਂ ਉਹਨੂੰ ਉੱਥੇ ਹੀ ਵੱਢੂੰਗਾ। ਉਹਦਾ ਮਤਲਬ ਕੀ ਮੇਰੀ ਜਨਾਨੀ ਨੂੰ ਲੈ ਕੇ ਜਾਣ ਦਾ? ਮੇਰੀ ਗੱਲ ਵੀ ਸੁਣ ਲੈ, ਜੋ ਹੁੰਦਾ ਤੇ ਤੂੰ ਕਰ ਲੈ, ਲੱਤ ਤੋੜਨੀ ਹੈ ਲੱਤ ਤੋੜ ਦੇ, ਬਾਹ ਤੋੜਨੀ ਹੈ ਬਾਹ ਤੋੜ ਦੇ, ਜੇ ਤੂੰ ਨਾ ਤੋੜੀ ਨਾ ਮੈਂ ਤੋੜ ਦੂੰ, ਮੈਂ ਵੀ ਧੋਕੀ ਪਈਆਂ। ਤੈਨੂੰ ਤਾਂ ਲੋੜ ਹੀ ਨਹੀਂ ਪੈਣੀ ਸਰਪੰਚਣੀਏ, ਬਸ ਮੈਨੂੰ ਇੱਕ ਵਾਰੀ ਮਿਲ ਜੇ ਉਹ, ਉਹਨੂੰ ਤਾਂ ਮੈਂ ਦੱਸੂਗਾ ਵੀ ਕਿਵੇਂ ਤੁਰਦੇ ਹੁੰਦੇ ਆ ਕਿਸੇ ਵੀ ਜਨਾਨੀ ਨਾਲ। ਜਾ ਭੱਗ ਜਾ, ਲੱਭ ਲੈ, ਲਾ ਦੀ ਸੁਨੇਹਾ ਉਹਨੂੰ। ਕੋਈ ਨਾ ਮੈਂ ਆਪੇ ਲਾ ਦੂੰਗੀ, ਤੂੰ ਭੱਗ ਜਾ। ਬੇ ਉਹ ਤੇਰੀ ਜਨਾਨੀ ਨਾਲ ਜਾਊਗਾ, ਆਪ ਤਾਂ ਤੂੰ ਕਿਸੇ ਕੰਮ ਦਾ ਨਹੀਂ, ਦਾਰੂ ਪੀਣਾ ਜਾ, ਉਹ ਤਾਂ ਜਾਊਗੀ ਖੇ ਖਾਊਗੀ। ਪਰ ਇਹਦਾ ਕਿਵੇਂ ਜਿਗਰਾ ਪੈ ਗਿਆ, ਇਹ ਤਾਂ ਇੱਕ ਤਾਂ ਸਮਝੀ ਨਹੀਂ, ਬਾਹਰੇ ਖੇ ਖਾਂਦਾ ਫਿਰਦਾ ਹੈਗਾ। ਇਹਨੂੰ ਆਉਣ ਦੇ ਅੱਜ, ਇਹਨੂੰ ਮੈਂ ਦੱਸੂ ਪਤਾ। ਲੈ ਹਲੇ ਤੱਕ ਨਹੀਂ ਆਈ, ਆਉਂਦੀ ਆ ਵੱਡੀ ਮਹਾਰਾਣੀ। ਜੀ ਆ ਗਏ ਜੀ ਤੁਸੀਂ, ਅੱਜ ਤਾਂ ਪਹਿਲੀ ਆ ਗਏ ਨਾ। ਮੈਂ ਤਾਂ ਆ ਗਿਆ, ਮੈਨੂੰ ਤਾਂ ਮੇਰਾ ਕੰਮ ਜਿਹਾ ਨਿਬੜ ਗਈ। ਤੇ ਤੂੰ ਕਿੱਥੇ ਗਈ ਸੀ? ਮੈਂ ਤਾਂ ਜੀ ਹੁਣ ਵੋਟ ਕਾਰਡ ਬਣਵਾਉਣ ਗਈ ਸੀ। ਅੱਛਾ ਅੱਛਾ, ਠੀਕ ਹੋ ਕੇ ਬਹਿ ਜਾ ਨਾ ਫਿਰ, ਸੈੱਟ ਹੋ ਕੇ ਥੱਕ ਗਈ ਹੋਏਗੀ, ਦੂਰੋਂ ਆਈ ਆ। ਕਿਹਦੇ ਨਾਲ ਗਈ ਸੀ? ਮੈਂ ਸਰਪੰਚ ਨਾਲ ਗਈ ਸੀ। ਅੱਛਾ ਅੱਛਾ, ਤੇ ਉਹ ਫਿਰ ਵੋਟ ਤੇ ਜਿਹੜਾ ਘਰ ਵਾਲੇ ਦਾ ਨਾਂ ਪਵਾਇਆ ਸੀ, ਕੀ ਪਵਾਇਆ ਸੀ? ਮੈਂ ਮੱਗਰ ਪਵਾਇਆ ਸੀ।
ਓਹੋ, ਇਹੀ ਤਾਂ ਤੂੰ ਗਲਤੀ ਕਰਤੀ। ਮੱਗਰ ਨੀ ਪਾਉਣਾ ਸੀ, ਉੱਥੇ ਤੂੰ ਪਵਾਉਣਾ ਸੀ ਜੱਗੀ। ਮੇਰੇ ਸੈਲੇ ਦੀ ਤੈਨੂੰ ਕਿਹਾ ਜੀ, ਗੱਲ ਤਾਂ ਸੁਣ ਲਾ, ਪੁੱਛ ਕੇ ਗਈ ਸੀ ਤੂੰ ਜੀ ਸਾਡੇ ਕੋਲ, ਗੱਲ ਤਾਂ ਸੁਣ ਲਾ। ਹਾਏ ਜੀ, ਗੱਲ ਤਾਂ ਸੁਣ ਲਾ। ਮੈਂ ਕਿਹਦੇ ਨਾਲ ਗਈ ਸੀ, ਕਿਹਦੇ ਨਾਲ ਗਈ ਸੀ? ਜੀ ਸਰਪੰਚ ਨਾਲ ਗਈ ਸੀ। ਸਾਡੇ ਕੋਲ ਪੁੱਛ ਕੇ ਗਈ ਸਰਪੰਚ ਨਾਲ? ਸਾਡੇ ਤਾਂ ਗੱਲ ਤਾਂ ਸੁਣ ਲਾ। ਕਿੰਨਾ ਸਮਝਾਉਣਾ ਹੈ? ਮੈਂ ਕੀਤਾ ਦੁਬਾਰਾ ਦੱਸ ਮੈਨੂੰ ਮੜਾ ਜਾ, ਕੀ ਨਾਲ ਲਿਖਾਇਆ? ਮੱਗਰ ਲਿਖਾਇਆ ਗਿਆ। ਝੱਗੀ ਲਿਖਾਉਣਾ ਸੀ, ਝੱਗੀ ਲਿਖਾਉਣਾ ਸੀ, ਝੱਗੀ ਲਿਖਾਉਣਾ ਸੀ। ਮੈਂ ਦੱਸਦਾ ਤੈਨੂੰ, ਕਿਹਨੂੰ ਪੁੱਛ ਕੇ, ਕਿਹਨੂੰ ਪੁੱਛ ਕੇ ਗਈ ਸੀ? ਆ ਗਈ। ਅੱਛਾ, ਦੱਸਦਾ ਮੈਂ ਕਿਹਾ ਤਾਂ ਕੀ ਆ, ਮੇਰੇ ਸਾਲੇ ਦੀ ਨੇ ਦੁਖੀ ਕਰ ਮਾਰਿਆ। ਖੜ ਜਾ, ਖੜ ਜਾ, ਇੱਕ ਮਿੰਟ ਛੱਡ ਦੇ। ਕੀ ਕਹਿੰਦੀ ਹੁਣ ਇਹ? ਪੁੱਛ ਤਾਂ ਲਈ, ਜਾਂਦੀ ਕਿੱਥੇ ਆ ਕੇ? ਕਹਿੰਦੀ ਮੈਂ ਗਈ ਸੀ ਜੱਗੀ ਨਾਲ। ਅੱਛਾ, ਜੱਗੀ ਨਾਲ ਗਈ ਸੀ? ਆਧਾਰ ਕਾਰਡ ਸੈੱਟ ਕਰਾਉਣ ਗਈ ਸੀਗੀ। ਆਧਾਰ ਕਾਰਡ ਤੇ ਤਾਂ ਮੈਂ ਕਰਾਉਣਾ। ਖੜ ਜਾ, ਸਰਪੰਚ ਨਹੀਂ ਤੂੰ, ਤੂੰ ਆ ਫੜ, ਇਹਦੇ ਨਾਲ ਜਾਲ ਸੱਟ ਲੱਗੂਗੀ। ਇਹ ਮਹਿੰਗੀ ਆਈ ਹੋਈ ਆ, ਇਹ ਥੋੜੀ ਜਿਹੀ ਸਸਤੀ ਆ। ਆ ਗੱਲ ਠੀਕ ਹੈ ਤੇਰੀ? ਹੈ ਨਾ, ਕਿਹਨੂੰ ਕਿਹਨੂੰ ਪੁੱਛ ਕੇ ਗਈ ਸੀ ਜੀ? ਪੁੱਛ ਕੇ ਤਾਂ ਮੈਂ ਕਿਸੇ ਨੂੰ? ਹੋਰ ਲਾ, ਇਹੀ ਤਾਂ ਗੱਲ ਆ, ਇਹੀ ਤਾਂ ਗੱਲ ਆ, ਲਾ ਇਹੀ ਤਾਂ ਗੱਲ ਆ। ਲਾ, ਤੈਨੂੰ ਕਿਹਾ ਕਿਹਨੇ ਤੇ? ਜਾਣ ਨੂੰ ਕਿਹਾ ਕਿਹਨੇ ਤੇ ਤੈਨੂੰ? ਕਿਹਨੇ ਕਿਹਾ ਸੀ? ਦੱਸੀ 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 ਮਾੜਾ ਜਾ। ਅੱਗੇ ਤਾਂ ਨਹੀਂ ਜਾਂਦੇ, ਛੱਡ ਦੋ। ਅੱਗੇ ਤਾਂ ਜਾਣ ਜੋਕਰੀ ਛੱਡਦਾ ਹੀ ਨਹੀਂ ਤੈਨੂੰ ਮੈਂ। ਅੱਗੇ ਤਾਂ ਜਾਣ ਜੋਕਰੀ ਤੈਨੂੰ ਛੱਡਦਾ ਹੀ ਨਹੀਂ। ਚੱਲ ਮੇਰੀ ਗੱਲ ਸੁਣ ਬੇ, ਇੰਨੀਆਂ ਨਾ ਮਾਰ ਮੇਰੀ ਗੱਲ ਸੁਣ। ਨਹੀਂ ਸਰਪੰਚ ਨੇ, ਤੈਨੂੰ ਨਹੀਂ ਪਤਾ? ਹਾਂ ਦੱਸ, ਇਹਦਾ ਮਤਲਬ ਕੀ ਜਾਣਦਾ ਹੈ? ਉਹ ਵੀ ਬਿਨਾ ਪੁੱਛੇ? ਨਾ, ਤੂੰ ਮੈਨੂੰ ਐਂ ਦੱਸ, ਸਰਪੰਚ ਨਾਲ ਕਰਨ ਕੀ ਗਈ ਸੀ? ਤੈਨੂੰ ਤੋਰਿਆ ਕੀ ਨਹੀਂ ਸੀ? ਜੇ ਤੈਨੂੰ ਲੈ ਕੇ ਜਾਂਦਾ ਤੂੰ ਇਹਦੇ ਨਾਲ ਗੱਲ ਕਰਕੇ ਜਾਂਦੀ? ਤੂੰ ਹੋਰ ਲਾਵੇ ਤੇ ਦੋ ਚਾਰ ਮੜੀਆਂ ਜਾਂ। ਇਹ ਮੈਂ ਤਾਂ ਕਹਿਣਾ ਐ ਨਹੀਂ ਲੋਟ ਆਉਂਦੀ ਇਹ। ਹਾਂ, ਇਹ ਭੇੜੀ ਜੂਨ ਹੈ ਇਹ। ਛੱਡ ਦੇ ਇਹਨੂੰ ਹੁਣ, ਜੁੱਤੀ ਟੁੱਟ ਜੂਗੀ, ਫੜਾ ਇੱਧਰ ਨਾ। ਹੁਣ ਮੈਨੂੰ ਐਂ ਦੱਸ, ਕੀ ਕਰ ਮਾਰੇ ਨੇ ਤੂੰ? ਤੂੰ ਉਹਦੇ ਨਾਲ ਕੀ ਲੈਣ ਕਿਤੇ? ਜਿਉਂਦਾ ਜਾਗਦਾ ਤੇਰਾ ਬੰਦਾ ਬੈਠਾ, ਤੂੰ ਉਹਦੇ ਨਾਲ ਜਾਂਦੀ? ਹੈ ਹੁਣ ਦੁਸਤੀ ਜਾਂਦੀ ਹੈਗੀ। ਮੈਂ ਖਰਾਬ ਕਰ ਰੱਖਿਆ ਇਹਨੂੰ, ਇਹਨੂੰ ਬਸ ਮੈਂ ਘਰੋਂ ਕੱਢਣਾ। ਚੱਲ ਖੜੀ, ਚੱਲ ਘਰੋਂ ਨਿਕਲ ਤੂੰ ਇੱਥੋਂ। ਚੰਗਾ, ਅੱਗੇ ਤੋਂ ਨਹੀਂ ਜਾਂਦੀ, ਅੱਗੇ ਤੋਂ ਤੈਨੂੰ ਲੋੜ ਹੀ ਨਹੀਂ ਪੈਣੀ, ਪੱਕੀ ਜਾ ਤੂੰ। ਮੇਰੀ ਗੱਲ ਸੁਣ, ਪਾ ਜੋੜਾ ਨਹੀਂ ਤੇਰੇ ਪੈਣੀ। ਮੇਰੀ ਗੱਲ ਸੁਣ, ਘਰੋਂ ਨਾ ਕੱਢ, ਘਰੋਂ ਨਾ ਕੱਢ, ਬੈਠ ਜਾਂਦੇ ਐਂ ਤਾਂ, ਘਰੋਂ ਨਾ ਜਾਣ ਦੇ, ਐਂ ਤਾਂ ਗਲਤੀ ਹੋ ਜਾਂਦੀ ਹੈਗੀ। ਐਂ ਕਿਵੇਂ ਹੋ ਗਈ? ਹਾਂ ਦੱਸ ਅੱਗੇ। ਲੈ, ਐਂ ਕਿਵੇਂ ਵਗ ਜੂ ਇਹ ਉਹਦੇ ਨਾਲ? ਕਿਹਦੇ ਨਾਲ ਵਗ ਜੂਗੀ? ਸਰਪੰਚ ਨਾਲ। ਮੈਂ ਤੈਨੂੰ ਕਦੋਂ ਕਿਹਾ ਸਰਪੰਚ ਨਾਲ ਜਾਣ ਨੂੰ? ਹਾਂ, ਐਂ ਕਹਿੰਦੀ ਵੀ ਘਰੋਂ ਨਾ ਕੱਢ, ਸਰਪੰਚ ਨਾਲ ਤਾਂ ਜਿਹੜਾ ਵਗੀ ਵਗੀ। ਐਂ ਕਿਵੇਂ ਵਗੀ? ਤੂੰ ਵਗ ਜਾਏਗੀ ਮੇਰੇ ਨਾਲ? ਕਿਉਂ ਜਾਵਾਂ ਤੇਰੇ ਨਾਲ? ਬੂਥੀ ਦੇਖੀਏ? ਲੈ, ਤੇਰੇ ਨਾਲ ਜਾਊਂਗੀ ਮੈਂ। ਕਿਉਂ? ਫੇਰ ਫੇਰ ਇਹ ਕਿਵੇਂ ਜਾਊਗੀ ਸਰਪੰਚ ਨਾਲ? ਦੱਸ, ਮੈਂ ਕਦੋਂ ਕਿਹਾ ਵਗੀ ਵਗੀ? ਮੈਂ ਇਹ ਰੱਖਣੀ ਨਹੀਂ ਸਰਪੰਚਣੀ ਐ, ਤੂੰ ਨਿਕਲ ਜਾ ਮੇਰੇ ਘਰੋਂ। ਬਸ ਤੈਨੂੰ ਦੱਸਤੀ ਗੱਲ ਆ ਬੇ, ਐਂ ਘਰੋਂ ਕਿਉਂ ਡੱਕਰਨੀ ਤੀ ਤੂੰ? ਘਰੇ ਤਾਂ ਬਿਠਾ ਲੈਂਦਾ। ਨਹੀਂ ਮੁੜ ਕੇ ਆ ਉਰੇ। ਉਹ ਕੀ ਲੋੜ ਆ ਸਰਪੰਚਣੀਆਂ ਨੂੰ ਮੋੜਨ ਦੀ? ਜਾਣ ਦੇ ਕਿੱਥੇ ਜਾਂਦੀ ਆ? ਕੇ ਪੈਰੀ ਤੁਰਪੀ ਉਰੇ, ਬੈਠ ਇੱਥੇ ਮੰਜੇ ਤੇ, ਉਰੇ ਬੈਠ। ਇਹ ਫੇਰ ਵੀ ਕਰੂਗੀ ਗਲਤੀ, ਤੂੰ ਫੇਰ ਲੈ ਆਈ ਇਹਨੂੰ। ਮੈਂ ਕਹਿੰਦਾ ਮੈਨੂੰ ਇਹਨੂੰ ਦੇਖ ਕੇ ਵਿਆਹ ਚੜੀ ਜਾਂਦੀ ਆ ਬੇ। ਗਲਤੀਆਂ ਹੋ ਜਾਂਦੀਆਂ ਨੇ, ਤੂੰ ਉਦੋਂ ਸੱਪ ਵਾਂਗੂ ਵਧੀ ਜਾਂਦਾ ਗਾ। ਇਹ ਕੋਈ ਛੋਟੀ ਜਿਹੀ ਗਲਤੀ ਹੈ? ਫਿਰ ਇਹਨੂੰ ਕੀ ਪਤਾ ਸੀ? ਮੈਨੂੰ ਐਂ ਦੱਸੀ ਮਾੜਾ ਜਾ। ਇਹਦੇ ਨਾਲ ਤਾਂ ਹਲੇ ਘੱਟ ਹੋਈ ਆ ਸਰਪੰਚਣੀਏ, ਬਸ ਮੈਨੂੰ ਇੱਕ ਵਾਰੀ ਤੇਰੇ ਆ ਸਰਪੰਚ ਮਿਲ ਜਾਣਦੇ, ਉਹਨੂੰ ਤਾਂ ਮੈਂ ਬਣਾਉ ਚੇਅਰਮੈਨ। ਬੇ ਕੁਛ ਮਰਜ਼ੀ ਬਣਾ ਦੀ, ਹੁਣ ਛੱਡ ਦੀ ਉਹਨੂੰ ਜਾ ਕੇ, ਮੈਂ ਵੀ ਨਹੀਂ। ਨਾਲੇ ਮੇਰੀ ਗੱਲ ਸੁਣ ਲੈ, ਨਹੀਂ ਅੱਗੇ ਤੋਂ ਸਰਪੰਚ ਨਾਲ ਜਾਂਦੀ ਦੀਗੀ ਨਾ ਤਾਂ ਆਪਦਾ ਹਿਸਾਬ ਲਾ ਲਈ। ਹਲੇ ਵੀ ਨਹੀਂ ਮੰਨਦੀ, ਦੇਖ ਲੈ ਹਲੇ ਵੀ ਨਹੀਂ ਮੰਨਦੀ। ਟਿਕ ਜਾ ਖੇਖਣ ਕਰਨ ਨੂੰ। ਸਰਪੰਚਣੀਏ ਦੱਸਦੀ ਮੈਨੂੰ ਜਦੋਂ ਸਰਪੰਚ ਆ ਗਿਆ, ਤੇ ਤੂੰ ਹੁਣ ਇੱਥੇ ਬੈਠੀ ਡੁਸਕੀ ਜਿਕ ਜਾਂਦੇ ਆ। ਖੜੀ ਹੋ ਕੇ ਰੋਟੀ ਰੋਟੀ ਬਣਾ ਲਾ ਕਿ ਖਵਾਵਾਂ ਸਰਪੰਚ ਵਾਲੇ ਪਰੌਂਠੇ। ਤੈਨੂੰ ਮੈਂ ਦੱਸਦਾ, ਤੂੰ ਮੇਰਾ ਬੀਪੀ ਨਾ ਵਧਾ। ਖੜੀ ਹੋ ਜਾ ਚੁੱਪ ਕਰਕੇ, ਜਾ ਰੋਟੀ ਬਣਾ, ਖੜੀ ਹੋ। ਬਾਕੀ ਇਹ ਬਣਾਉਣ ਪੋਟ
ਉਹ ਕਿਉਂ ਮਿਸਤਰੀ ਆ ਲਾ ਤੱਕ ਨਾ ਯਾਰ ਧੜਕੇ ਦੀ ਕਿਚਰ ਕਿਚਰ ਜੀ ਕਰੀ ਜਾਂਦਾ ਲਾਈ ਜਾਂਦਾ ਸਰਪੰਚ ਸਾਹਿਬ ਲਾਈ ਜਾਂਦੇ ਆ ਇਹ ਕਿਹੜਾ ਤੁਹਾਡੇ ਵਾਲਾ ਕੰਮ ਆ ਵੀ ਘੁੱਗੀ ਮਾਰੀ ਤੇ ਓਕੇ ਕੰਮ ਆ ਇਹ ਤਾਂ ਲੈਵਲ 'ਚ ਹੁੰਦੀ ਹੈ ਸਾਰੀ ਗੱਲਬਾਤ ਓਏ ਉਹ ਤਾਂ ਠੀਕ ਆ ਤੇਰੀ ਲੈਵਲ 'ਚ ਮੇਰੇ ਵਾਲਾ ਕੰਮ ਤਾਂ ਤੂੰ ਕਰ ਵੀ ਨਹੀਂ ਸਕਦਾ ਉਹ ਤਾਂ ਗੱਲ ਠੀਕ ਆ ਸੁਣੋ ਫਟਾਫਟ ਲਾ ਤੇ ਕੰਮ ਨਿਬੇੜੇ ਦਾ ਉਹ ਠੀਕ ਆ ਸਰਪੰਚ ਪਰ ਉਹ ਇੱਕ ਗੱਲ ਵਧੀਆ ਕੀਤੀ ਤੁਸੀਂ ਇਹ ਪੜਦਾ ਹੋ ਗਿਆ ਨੇ ਇੱਕ ਮੌਕੇ ਇੱਧਰ ਗੇਟ ਭਿੜਦਾ ਸੀਗਾ ਹੁਣ ਜੇ ਗੇਟ ਭਿੜਾ ਹੁੰਦਾ ਤਾਂ ਆਟੋਮੈਟਿਕ ਖੋਲ ਵੀ ਲੈਂਦਾ ਉਧਰ ਕੋਈ ਨਾ ਕੋਈ ਆ ਕੇ ਵਧੀਆ ਪੜਦਾ ਹੋ ਗਿਆ ਉਹ ਹੋਰ ਤੈਨੂੰ ਮੈਂ ਦੱਸਦਾ ਗਾ ਮੈਂ ਬੈਠਾ ਆਰਾਮ ਮੈਂ ਟੱਟੀ ਦਾ ਜ਼ੋਰ ਪੈ ਗਿਆ ਮੈਂ ਟੱਟੀ ਬੈਠਾ ਅੱਛਾ ਜੀ ਉਧਰੋਂ ਬੈਠਾ ਉਧਰੋਂ ਮੇਰਾ ਜ਼ੋਰ ਜਿਹਾ ਪੈ ਗਿਆ ਅੱਛਾ ਉਧਰੋਂ ਸਰਪੰਚ ਨੇ ਆ ਕੇ ਗੇਟ ਖੋਲਤਾ ਅੱਛਾ ਉਹ ਮੇਰੀ ਅੱਧੀ ਥੱਲੇ ਅੱਧੀ ਉੱਪਰ ਮੈਂ ਸਾਰੇ ਇਹ ਹੋ ਗਿਆ ਕੀ ਦੱਸਾਂ ਤੈਨੂੰ ਐਂ ਗੱਲ ਹੋਈ ਤੁਹਾਡੇ ਨਾਲ ਹੋਰ ਚੱਲ ਆ ਦੇ ਤੇ ਮੇਰੀ ਗੱਲ ਸੁਣ ਹਾਂਜੀ ਤੇਰਾ ਨੰਬਰ ਨੰਬਰ ਦੇ ਦੀ ਜਾਂਗਾ ਕਈ ਵਾਰੀ ਹੋਰ ਕੰਮ ਵੀ ਕਰਾਉਣਾ ਪੈ ਜਾਂਦਾ ਹਾਂ ਨੰਬਰ ਮੈਂ ਤੁਹਾਨੂੰ ਲਿਖਾ ਦੂੰਗਾ ਜੀ ਹਾਂ ਨੰਬਰ ਲਿਖਾ ਦੀ ਹਾਂ ਕੋਈ ਗੱਲ ਨਹੀਂ ਬਾਕੀ ਤੇ ਕੰਮ ਕਰਿਆ ਕਿ ਵੀ ਕਰ ਜਾਣਾ ਤੂੰ ਹਾਂਜੀ ਹਾਂਜੀ ਕਿਵੇਂ ਮਰਜ਼ੀ ਕੰਮ ਆਪਣੇ ਲਈ ਵਾਧੂ ਹੈ ਕਿਵੇਂ ਮਰਜ਼ੀ ਕਿਤੇ ਮਰਜ਼ੀ ਹੋਵੇ ਕੰਮ ਦੂਰ ਹੋਵੇ ਨੇੜੇ ਹੋਵੇ ਕਿਤੇ ਵੀ ਹੋਵੇ ਕੋਈ ਚੱਕਰ ਨਹੀਂ ਇੱਕ ਫਲੈਕਸ ਜੀ ਵੀ ਕਢਾਉਣੀ ਸੀ ਉਹ ਕੱਢ ਦੇਗਾ ਯਾਰ ਹਾਂਜੀ ਹਾਂਜੀ ਰੂਮ ਤਿਆਰ ਕਰਦੇ ਆਪਾਂ ਅੱਛਾ ਰੂਮ ਤਿਆਰ ਕਰ ਦੇਣਾ ਮੰਨ ਕੇ ਚਲੋ ਵੀ ਦੇਖੋ ਜੀ 10-12 ਹਜ਼ਾਰ ਚ ਰੂਮ ਤਿਆਰ ਹੋ ਜਾਂਦਾ ਮੇਰੀ ਗੱਲ ਸੁਣ ਲੈ ਹੁਣ ਇੱਕ ਮੈਂ ਠੀਕ ਹੈ ਵੋਟਾਂ 'ਚ ਖੜਾ ਹਾਂ ਹਾਂਜੀ ਉਦੋਂ ਇਸ਼ਤਿਹਾਰ ਬਣਾਊਂਗਾ ਠੀਕ ਹੈ ਠੀਕ ਹੈ ਜੀ ਉਹ ਕੱਟ ਕੇ ਦੇ ਦੀ ਨਾ ਨਾ ਕੋਈ ਚੱਕਰ ਹੀ ਨਾ ਮੰਨੋ ਜੀ ਕਦੋਂ ਮਰਜ਼ੀ ਅੱਧੀ ਰਾਤ ਕਦੋਂ ਮਰਜ਼ੀ ਦੱਸੋ ਜੀ ਕੋਈ ਚੱਕਰ ਨਹੀਂ ਹਾਂਜੀ ਲਾ ਦੇ ਕਰਾਂ ਫਟਾਫਟ ਓਕੇ ਜੀ ਓਕੇ ਓਕੇ ਕੰਮ ਮਿਸਤਰੀ ਹੋ ਗਿਆ ਕੰਮ ਹਾਂਜੀ ਹੋ ਗਿਆ ਜੀ ਕੰਮ ਜੀ ਚਾਹ ਪੀਏਗਾ ਫਿਰ ਚਾਹ ਪੀ ਲਾਂਗੇ ਘੁੱਟ ਜੀ ਅੱਛਾ ਕੀ ਹਿਸਾਬ ਕਿਤਾਬ ਬਣ ਗਿਆ ਆਪਣਾ ਅੱਛਾ ਜੀ ਹਿਸਾਬ ਕਿਤਾਬ ਜੀ ਹਿਸਾਬ ਕਿਤਾਬ ਬਣ ਗਿਆ ਜੀ ਆਪਣਾ ਉਹ 3500 ਰੁਪਇਆ ਹੋ ਗਿਆ ਅੱਛਾ 3500 ਹਾਂਜੀ ਤੂੰ ਕਿੰਨੇ ਦੇਵਾਂ ਉਹ 3600 ਦੇ ਦੇ ਜੀ ਉਹ ਸਰਪੰਚ ਆ ਮੈਂ ਤੂੰ ਵੱਧ ਮੰਗੇ ਨਾ ਘੱਟ ਲੈ ਮੈਥੋਂ ਫੇਰ ਹੀ ਦੱਸੋ ਵੱਧ ਮੰਗਦੇ ਜੀ ਜੇ ਸਰਪੰਚ ਹੋਈ ਤੁਸੀਂ ਪਰ ਜੇ ਗਲ ਵਟਣਾ ਹੀ ਸਰਪੰਚ ਮੋਟਾ ਗਰਾਂਟ ਉਹਰਾ ਭਰਾ ਕਰੀ ਦੇਣੀ ਹੈ ਜੀ ਉਹ ਕੋਈ ਨਾ ਫਿਰ ਐ ਕਰੀ ਹਾਂਜੀ ਵੱਧ ਹੀ ਲੈਣਿਆ ਤੂੰ ਹਾਂਜੀ ਫੇਰ ਅਗਲੇ ਗੇੜੇ ਮਰੀ ਜਾਏਗਾ ਕਿਹੜਾ ਅੱਛਾ ਜੀ ਇਹ ਗੱਲ ਹੈ ਜੀ ਹਾਂ ਹੁਣ ਮੈਂ ਜਦੋਂ ਪੱਲਾ ਲਾਈ ਜਾਂਦਾ ਸੀ ਉਹ ਤਾਂ ਕਹਿੰਦੇ ਤੁਸੀਂ 6 ਮਹੀਨੇ ਲਾ ਤੇ ਫਲਾਨਾ ਕਰਤਾ ਜੀ ਤੇ ਹੁਣ ਪੈਸੇ ਬਾਰੇ ਤੁਸੀਂ ਐ ਕਰ ਲੱਗੇ ਜੀ ਉਹ ਕੋਈ ਗੱਲ ਨਹੀਂ ਜਾਣ ਦੇ ਕੋਈ ਗਰਾਂਟ ਗਰੂਟ ਖਾ ਲਈਏ ਨਾਲ ਹੀ ਪੂਰਾ ਤੈਨੂੰ ਖਵਾ ਦਾਂਗੇ ਉਹਦਾ ਗੱਲ ਠੀਕ ਹੈ ਸਰਪੰਚ ਸਾਹਿਬ ਮੈਂ ਤਾਂ ਬੰਦਾ ਕਬੀਲਦਾਰ ਹਾਂ ਜੀ ਆਪਦੀ ਮਿਹਨਤ ਦਾ ਹੱਕ ਹੀ ਮਿਲ ਜਾ ਆਪਾਂ ਤਾਂ ਉਹੀ ਬਹੁਤ ਹੈ ਜੀ ਹਨਾ ਉਹ ਦੇ ਦਾਂ ਯਾਰ ਹੁਣ ਮੈਂ ਪਿੰਡ ਛੱਡ ਕੇ ਜਾਂਦਾ ਯਾਰ ਸਰਪੰਚ ਆ ਪਿੰਡ ਦਾ ਫਿਰ ਵੀ ਉਹ ਐ ਸੀ ਨਾ ਗੱਲ ਹੁਣ ਪਹਿਲਾਂ ਤੁਸੀਂ ਮੈਨੂੰ ਕਹੀ ਜਾਂਦੇ ਸੀ ਉਹਦਾ ਖੜੇ ਲਵੇ ਜੀ ਅਗਰ ਤੁਸੀਂ ਮਹੀਨਾ ਲਾਤਾ ਜਾਂ ਐਂ ਕਰਤਾ ਵਾਹ ਕਰਤਾ ਹੁਣ ਤੁਸੀਂ ਪੈਸਿਆਂ ਬਾਰੇ ਲਚਕੜਚੀਆਂ ਕਰਨ ਲੱਗ ਗਏ ਜੀ ਉਹ ਤਾਂ ਹੀ ਤਾਂ ਫਿਰ ਥੜਾ ਹੈ ਉਹ ਦੇ ਦੂੰ ਯਾਰ ਉਹੀ ਮਰੀ ਨਾ ਲੈ ਨਹੀਂ ਪੈਸੇ ਕਿੱਡੀ ਗੱਲ ਆ ਪੱਲਾ ਆ ਵਾਲਾ ਕਰਦਾ ਪੱਟ ਕੇ ਲੈ ਜਾ ਯਾਰ ਪੱਟ ਕੇ ਤਾਂ ਕਿਵੇਂ ਲੈ ਜਾ ਜੀ ਫਿਰ ਕੋਈ ਨਾ ਦੇ ਦੂੰ ਯਾਰ ਐ ਨਾ ਫਿਰ ਮਿਹਨਤ ਦਾ ਮੁੱਲ ਤਾਂ ਸਾਨੂੰ ਮਿਲੇ ਨਾ ਜੀ ਓ ਯਾਰ ਉਹ ਦੇ ਹੱਕ ਮਿਲ ਜੇ ਮੇਰਾ ਉਹੀ ਬਹੁਤ ਹੈ ਜੀ ਮੈਨੂੰ ਦੇ ਦਾਂਗੇ ਹੱਕ ਤੋਂ ਵੀ ਉੱਤੇ ਟਪਾ ਦਾਂਗੇ ਕੰਮ ਮਾੜਾ ਆਉਣ ਦੇ ਗਰੰਟ ਆਉਣ ਵਾਲੀ ਆ ਠੀਕ ਹੈ ਜੀ ਕਿਸੇ ਦਾ ਘਰ ਜਾਊਗਾ ਹਾਂਜੀ ਉਹ ਆਪਾਂ ਪਵਾਉਣ ਤਾਂ ਦੇਣਾ ਨਹੀਂ ਇੱਧਰ ਹੀ ਉੱਡੂਗਾ ਚਲੋ ਚੰਗਾ ਠੀਕ ਹੈ ਕੋਈ ਗੱਲ ਨਹੀਂ ਕੋਈ ਨਾ ਚੰਗਾ ਓਕੇ ਮਾਰ ਜੀ ਕਿਹੜਾ ਕੋਈ ਗੱਲ ਨਹੀਂ ਜੀ